ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਇਹ ਦੋ ਪੰਕਤੀਆਂ ਸੋਹੀ ਰਾਗ ਵਿੱਚ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਹੁਣ ਜਗਤ ਵਿੱਚ ਇਹ ਵਿਆਖਿਆ ਚੱਲਦੀ ਹੈ ਜੇ ਨਾਮ ਜਪਣਾ ਹੀ ਮੂਲ ਕਰਮ ਹੈ ਧਾਰਮਿਕ ਜਗਤ ਦਾ, ਤਾਂ ਫਿਰ ਢੰਗ ਕੀ ਹੈ, ਤਰੀਕਾ ਕੀ ਹੈ। ਜੋ ਜੋ ਦਾਸ ਅਰਜ਼ ਕਰੇਗਾ, ਗੁਰਬਾਣੀ ਦੀਆਂ ਪੰਕਤੀਆਂ ਤੁਹਾਡੇ ਸਾਹਮਣੇ ਰੱਖਦੇ ਜਾਵਾਂਗੇ। ਭਗਤ ਸਿਰਮੌਰ ਸ੍ਰੀ ਕਬੀਰ ਕਹਿੰਦੇ ਨੇ ਕੋਈ ਢੰਗ ਨਹੀਂ ਹੈ, ਹੈ ਹੀ ਨਹੀਂ, ਕੋਈ ਤਰੀਕਾ ਨਹੀਂ ਹੈ। ਹੁਣ ਇਸ ਸੰਬੰਧ ਵਿੱਚ ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖਾਂ। ਤਜ ਭਰਮ ਕਰਮ ਵਿਧ ਨਿਖੇਧ, ਵਿਧੀ ਕਹਿੰਦੇ ਨੇ ਢੰਗ ਨੂੰ, ਨਿਖੇਧ ਵਿਧੀ ਦਾ ਨਿਸ਼ੇਧ ਹੈ, ਕੋਈ ਵਿਧੀ ਨਹੀਂ, ਕੋਈ ਢੰਗ ਨਹੀਂ ਹੈ, ਕੋਈ ਤਰੀਕਾ ਨਹੀਂ ਹੈ। ਮੈਂ ਫਿਰ ਅਰਜ਼ ਕਰਾਂ, ਭਾਰਤ ਦੇ ਧਾਰਮਿਕ ਵਿਦਵਾਨ ਕਹਿੰਦੇ ਨੇ ਜਿਤਨੇ ਭਗਤ ਹੋਏ ਨੇ ਭਾਰਤ ਦੇ ਵਿੱਚ, ਕਬੀਰ ਸਾਰਿਆਂ ਦੇ ਵਿੱਚ ਨਮਕ ਨੇ। ਬਹੁਤ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਬਣਾਈਆਂ ਹੋਣ, ਦਾਲਾਂ ਬਣਾਈਆਂ ਹੋਣ, ਅਤੇ ਨਮਕ ਨਾ ਹੋਵੇ, ਸਭ ਬੇਸਵਾਦੀ। ਭਾਰਤ ਦੇ ਵਿਦਵਾਨ ਇੰਜ ਕਹਿੰਦੇ ਨੇ, ਹੋਏ ਨੇ ਬਾਕੀ ਭਗਤ, ਕੋਈ ਕਿਸੇ ਸਬਜ਼ੀ ਜੈਸੇ, ਕੋਈ ਕਿਸੇ ਸਬਜ਼ੀ ਜੈਸੇ, ਕੋਈ ਕਿਸੇ ਦਾਲ ਵਰਗੇ, ਕਬੀਰ ਸਾਰਿਆਂ ਵਿੱਚ ਨਮਕ ਨੇ। ਨਮਕ ਨੂੰ ਨਿਹੰਗ ਸਿੰਘ ਕਹਿੰਦੇ ਨੇ ਸਰਬ ਰਸ, ਇਹ ਸਰਬ ਰਸ ਹੈ। ਦਾਲ ਵਿੱਚ ਪਾਓ ਆਪਣਾ ਰਸ, ਸਬਜ਼ੀ ਚ ਪਾਓ ਆਪਣਾ ਰਸ, ਸਰਬ ਰਸ ਹੈ, ਸਾਰਿਆਂ ਨੂੰ ਰਸਦਾਇਕ ਬਣਾ ਦਿੰਦਾ ਹੈ, ਸਬਜ਼ੀਆਂ ਨੂੰ, ਦਾਲਾਂ ਨੂੰ। ਨਹੀਂ ਹੈ ਤਾਂ ਸਾਰੀਆਂ ਸਬਜ਼ੀਆਂ, ਸਾਰੀਆਂ ਦਾਲਾਂ ਬੇਸਵਾਦੀ। ਜਿੰਨੇ ਭਗਤ ਨੇ ਭਾਰਤ ਵਿੱਚ ਹੋਏ, ਕਹਿੰਦੇ ਨੇ ਮਹਾਨ ਨੇ, ਬੜੀ ਸੁੰਦਰ ਸੁੰਦਰ ਬਣੀਆਂ ਹੋਈਆਂ ਸਬਜ਼ੀਆਂ ਨੇ, ਬਹੁਤ ਸੁੰਦਰ ਤੜਕੀਆਂ ਹੋਈਆਂ ਦਾਲਾਂ ਨੇ, ਪਰ ਕਬੀਰ ਨਮਕ ਨੇ, ਕਬੀਰ ਸਰਬ ਰਸ ਨੇ। ਕਬੀਰ ਕਹਿੰਦੇ ਨੇ ਤਾਰ ਭਰੇ ਕਰੋ, ਤਜ ਭਰਮ ਕਰਮ ਵਿਧ ਨਿਖੇਧ, ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ। ਇਹਦੇ ਉੱਤੇ ਮੈਂ ਆਪਣੇ ਵੱਲੋਂ ਇੱਕ ਦਲੀਲ ਦੇ ਦਿਆਂ। 36 ਪ੍ਰਕਾਰ ਦਾ ਭੋਜਨ ਕਿਸੇ ਦੇ ਅੱਗੋਂ ਪਰੋਸ ਕੇ ਰੱਖ ਦਈਏ ਤੇ ਜਿਹਦੇ ਅੱਗੋਂ ਰੱਖਿਆ ਉਹ ਆਖੇ ਢੰਗ ਦੱਸੋ ਛੱਕਣ ਦਾ, ਤਾਂ ਗੱਲ ਸਪਸ਼ਟ ਹੋ ਗਈ, ਇਹਨੂੰ ਭੁੱਖ ਨਹੀਂ ਲੱਗੀ, ਨਹੀਂ ਲੱਗੀ। ਕਦੀ ਭੁੱਖੇ ਬੰਦੇ ਨੇ ਖਾਣ ਦਾ ਢੰਗ ਪੁੱਛੇ? ਠੰਡਾ ਪਾਣੀ ਦਾ ਗਿਲਾਸ ਜਾਂ ਕੋਲਡ ਡਰਿੰਕ ਸ਼ਰਬਤ,
ਮਨੁੱਖ ਦੇ ਅੱਗੋਂ ਰੱਖ ਦੇਈਏ ਤੇ ਉਹ ਆਖੇ ਪੀਣ ਦਾ ਢੰਗ ਦੱਸੋ, ਗੱਲ ਸਾਫ਼ ਹੋ ਗਈ, ਇਹਨੂੰ ਪਿਆਸ ਨਹੀਂ ਲੱਗੀ। ਕਦੀ ਪਿਆਸੇ ਨੇ ਢੰਗ ਪੁੱਛਿਆ? ਪਿਆਸਾ ਪੀਣ ਦਾ ਢੰਗ ਨਹੀਂ ਪੁੱਛਦਾ, ਭੁੱਖਾ ਭੋਜਨ ਖਾਣ ਦਾ ਢੰਗ ਨਹੀਂ ਪੁੱਛਦਾ। ਕੋਈ ਵੀ ਨਾਮ ਦਾ ਢੰਗ ਜਪਣ ਦਾ ਪੁੱਛ ਰਿਹਾ, ਅਜੇ ਪਿਆਸ ਨਹੀਂ ਪੈਦਾ ਹੋਈ, ਅਜੇ ਭੁੱਖ ਨਹੀਂ ਹੈ। ਅੰਦਰ ਪਿਆਸ ਪੈਦਾ ਹੋ ਜਾਏ, ਭੁੱਖ ਪੈਦਾ ਹੋ ਜਾਏ, ਰਸਨਾ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦੀ। ਹੋਰ ਕੀ ਢੰਗ ਹੈ? ਕੁਛ ਵੀ ਢੰਗ ਨਹੀਂ, ਹੋਰ ਤਾਂ ਕੋਈ ਢੰਗ ਨਹੀਂ ਹੈ। ਪੰਕਤੀਆਂ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ। ਤਜ ਭਰਮ ਕਰਮ ਬਿਧ ਨਿਖੇਧ ਵਿਧੀ ਨਿਸ਼ੇਧ। ਲੱਗਦਾ ਜ਼ਰੂਰ ਕਿਸੇ ਨੇ ਕਬੀਰ ਕੋਲ ਪੁੱਛਿਆ ਹੋਵੇਗਾ ਵੀ ਜ਼ਰ ਢੰਗ ਤੇ ਦੱਸੋ। ਵਿਧੀ ਨਿਸ਼ੇਧ, ਕੋਈ ਢੰਗ ਨਹੀਂ ਹੈ, ਕੋਈ ਤਰੀਕਾ ਨਹੀਂ ਹੈ। ਵਿਧੀ ਵਿਧਾਨ ਢੰਗ ਨਿਯਮ। ਅੰਜ ਸਵਾਸ ਅੰਦਰ ਲੈ ਜਾਓ, ਇੰਜ ਸਵਾਸ ਬਾਹਰ ਲੈ ਜਾਓ, ਆਓ ਕਰੋ, ਆਓ ਕਰੋ, ਆਓ ਕਰੋ, ਇਹ ਸਿਰਫ ਐਕਸਰਸਾਈਜ਼ ਹੈ ਔਰ ਕੁਛ ਵੀ ਨਹੀਂ। ਸਰੀਰ ਨੂੰ ਥਕਾਉਣ ਵਾਲੀਆਂ ਗੱਲਾਂ। ਸਵਾਸ ਅੰਦਰ ਜਾਏ ਤੇ ਇੰਜ ਕਰੋ, ਬਾਹਰ ਜਾਏ ਤੇ ਇੰਜ ਕਰੋ। ਮੈਂ ਦੇਖਦਾ ਭਾਰਤ ਦੇ ਸਿਖਾਉਂਦੇ ਨੇ, ਯੋਗੀਆਂ ਦੇ ਵੀ ਸਿਖਾਇਆ ਜਾਂਦਾ ਹੈ। ਯੋਗੀਆਂ ਦੀ ਸਾਧਨਾ ਪ੍ਰਾਣਾ ਯਮ ਦੀ ਹੈ, ਸਵਾਸਾਂ ਨੂੰ ਰੋਕਣਾ ਹੈ। ਸਵਾਸਾਂ ਨੂੰ ਰੋਕਾਂਗੇ ਤੇ ਮਨ ਦੇ ਵਿਚਾਰ ਰੁਕ ਜਾਣਗੇ, ਤੇ ਜੇ ਮਨ ਦੇ ਵਿਚਾਰ ਰੁਕ ਗਏ ਤੇ ਸਵਾਸ ਰੁਕ ਗਏ ਤੇ ਸਰੀਰ ਦੀ ਸ਼ਕਤੀ ਮਨ ਦੀ ਸ਼ਕਤੀ ਇਕੱਠੀ ਹੋ ਕੇ ਕੋਈ ਨਾ ਕੋਈ ਸਿੱਧੀ ਹੋ ਕੇ ਪ੍ਰਗਟ ਹੋਵੇਗੀ। ਹੁੰਦੀ ਹੈ, ਹੁੰਦੀ ਹੈ, ਕਿਉਂਕਿ ਸ਼ਕਤੀ ਦਾ ਸੰਗ੍ਰਹਿ ਹੋ ਗਿਆ, ਤਾਕਤ ਦਾ ਸੰਗ੍ਰਹਿ ਹੋ ਗਿਆ। ਵੇਖਦਿਆਂ ਵੀ ਕੁਝ ਸ਼ਕਤੀ ਬਾਹਰ ਜਾਂਦੀ ਹੈ ਸਾਡੀ, ਬੋਲਣ ਨਾਲ ਵੀ ਜਾਂਦੀ ਹੈ। ਪ੍ਰਿੰਸੀਪਲ ਗੰਗਾ ਸਿੰਘ ਨੇ ਤੇ ਕਹਿ ਦਿੱਤਾ ਸੀ, ਜਿੰਨੀ ਸ਼ਕਤੀ ਸੀ ਮੇਰੇ ਕੋਲ ਮੈਂ ਤੇ ਬੋਲ ਬੋਲ ਕੇ ਲੁਟਾ ਦਿੱਤੀ। ਬੜਾ ਅਨੁਭਵੀ ਪੁਰਸ਼ ਸੀ, ਦਲੀਲਾਂ ਜਿਸ ਦੀਆਂ ਦਾਸੀਆਂ ਸਨ, ਆਪਣੇ ਸਮੇਂ ਚੋਟੀ ਦਾ ਵਿਦਵਾਨ ਸੀ ਔਰ ਗਿਆਨੀਆਂ ਦਾ ਉਸਤਾਦ ਸੀ। ਸਾਰੇ ਗਿਆਨੀ ਚਾਹੇ ਉਮਰ ਦੇ ਚ ਉਸ ਨਾਲੋਂ ਦੁੱਗੜੇ ਆਵਣ, ਉਹਨੂੰ ਸਜਦਾ ਕਰਦੇ ਸਨ, ਮੱਥਾ ਟੇਕਦੇ ਸਨ। ਉਹ ਕਹਿੰਦਾ, ਦਿਲ ਸਾਗਰ ਸਾਗਰ ਦੇ ਵਾਂਗਰ ਸੀ ਅਤ ਡੂੰਘਾ ਅੜਿਆ। ਸੰਸਕ੍ਰਿਤ ਦਾ, ਪਰਸ਼ੀਅਨ ਦਾ, ਉਰਦੂ ਦਾ, ਪੰਜਾਬੀ ਦਾ ਤੇ ਬ੍ਰਿਜ ਭਾਸ਼ਾ ਦਾ ਮਹਾਨ ਕਵੀ ਸੀ, ਕਵਿਤਾਵਾਂ ਰਚੀਆਂ ਨੇ ਉਹਨੇ, ਪ੍ਰਚਾਰਕ ਤੇ ਸੀ, ਗੁਰੂ ਗ੍ਰੰਥ ਸਾਹਿਬ ਦੇ ਅਰਥ ਬੋਧ ਦਾ ਗਿਆਤਾ ਤੇ ਸੀ, ਪਰ ਕਵੀ ਵੀ ਸੀ। ਇੱਕ ਭਾਸ਼ਾ ਦਾ ਕਵੀ ਨਹੀਂ, ਕਈ ਭਾਸ਼ਾਵਾਂ। ਕਹਿੰਦਾ ਦਿਲ ਸਾਗਰ ਸਾਗਰ, ਬੋਲ ਕੇ ਮੈਂ ਬਹੁਤ ਲੁਟਾ ਦਿੱਤਾ। ਬੋਲਦਿਆਂ ਵੀ ਸ਼ਕਤੀ ਜਾਂਦੀ ਹੈ, ਸੁਣਦਿਆਂ ਵੀ ਜਾਂਦੀ ਹੈ, ਵੇਖਦਿਆਂ ਵੀ ਜਾਂਦੀ ਹੈ, ਹੱਥਾਂ ਨਾਲ ਕੁਝ ਕਰਦਿਆਂ ਵੀ ਸ਼ਕਤੀ ਬਾਹਰ ਜਾਂਦੀ ਹੈ। ਸਵਾਸਾਂ ਨੂੰ ਰੋਕ ਲਿਆ, ਵਿਚਾਰਾਂ ਨੂੰ ਰੋਕ ਲਿਆ, ਮਨ ਨੂੰ ਰੋਕ ਲਿਆ, ਸਰੀਰ ਦੀ ਸ਼ਕਤੀ ਮਨ ਦੀ ਸ਼ਕਤੀ ਸਾਰੀ ਸੰਗ੍ਰਹਿ ਹੋ ਗਈ। ਕੋਈ ਨਾ ਕੋਈ ਤੇ ਸ਼ਕਤੀ ਬਣੇਗੀ, ਉਹ ਸਿੱਧ ਬਣ ਕੇ ਪ੍ਰਗਟ ਹੋਵੇਗੀ।
ਸਿੱਧੀ ਬਣ ਕੇ ਪ੍ਰਗਟ ਹੋਵੇਗੀ। ਪਤੰਜਲੀ ਦਾ ਯੋਗ ਸ਼ਾਸਤਰ ਰਾਤ ਨੂੰ ਮੈਂ ਅਰਜ਼ ਕੀਤੀ ਸੀ, ਪਹਿਲੇ ਪਹਿਲੇ ਗੌਤਮ ਦਾ ਅਸਰ ਪਿਆ ਸੀ। ਗੌਤਮ ਨੇ ਇਹ ਦਲੀਲ ਦਿੱਤੀ, ਕਰਮਾਂ ਕਰਕੇ ਅਸੀਂ ਬੰਦੇ ਹੋਏ ਹਾਂ ਅਤੇ ਕਰਮਾਂ ਕਰਕੇ ਛੁੱਟ ਸਕਦੇ ਹਾਂ। ਜਿਵੇਂ ਲੋਹੇ ਨੂੰ ਲੋਹਾ ਕੱਟਦਾ ਹੈ, ਕੁਛ ਐਸੇ ਕਰਮ ਨੇ ਜੋ ਸਾਨੂੰ ਬੰਧਨਾਂ 'ਚ ਪਾ ਦਿੰਦੇ ਨੇ ਜਨਮ ਮਰਨ ਦੇ 'ਚ, ਪਰ ਕੁਛ ਐਸੇ ਜੋ ਹੈ ਕਰਮ ਨੇ ਜੋ ਬੰਧਨਾਂ ਨੂੰ ਤੋੜ ਦਿੰਦੇ ਨੇ। ਆਪ ਸੁਣ ਕੇ ਹੈਰਾਨ ਹੋਵੋਗੇ ਇਸ ਖਿਆਲ ਨਾਲ, ਅਤੇ ਕਬੀਰ ਵੀ ਸਹਿਮਤ ਨਹੀਂ ਹੋਇਆ। ਕਰਮ ਬੰਧ ਤੁਮ ਜੀਵ ਕਹੇ ਤਹੋ, ਕਰਮੇ ਕਿਨ ਜੀਵ ਦੀਨ ਰੇ। ਬੜੀ ਕੀਮਤੀ ਪੰਕਤੀਆਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ। ਕਬੀਰ ਕਹਿੰਦੇ ਚਲੋ ਮੰਨ ਲੈਂਦੇ ਹਾਂ ਕਰਮ ਕਰਕੇ ਜੀਵ ਬਣਿਆ ਹੋਇਆ ਹੈ। ਕਬੀਰ ਕਹਿੰਦੇ ਪਹਿਲੇ ਮੈਨੂੰ ਇਹ ਦੱਸੋ, ਪਹਿਲੇ ਕਰਮ ਹੈ ਕਿ ਪਹਿਲੇ ਜੀਵ ਹੋਇਆ? ਅਗਰ ਆਖੋ ਪਹਿਲੇ ਕਰਮ ਹੋਇਆ ਹੈ ਤਾਂ ਜੀਵ ਤੋਂ ਬਿਨਾਂ ਕਰਮ ਹੋ ਨਹੀਂ ਸਕਦਾ, ਅਤੇ ਜੇ ਆਖੋ ਜੀਵ ਹੋਇਆ ਤਾਂ ਫਿਰ ਕਰਮਾਂ ਤੋਂ ਬਿਨਾਂ ਹੋਇਆ। ਇਹ ਕਬੀਰ ਦੀ ਦਲੀਲ ਹੈ। ਅਗਰ ਆਖੋ ਪਾਪ ਕਰਕੇ ਮਨੁੱਖ ਬਣਿਆ ਹੋਇਆ ਅਤੇ ਪੁੰਨ ਕਰਕੇ ਛੁੱਟ ਸਕਦਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ, ਪਾਪ ਪੁੰਨ ਤੇ ਭਾਈ ਕਹਾਵਤ, ਕਉ ਨਰ ਕਉ ਸੁਰਗ ਬੈ, ਕੀ ਪੁੰਨ ਹੁੰਦਾ ਹੈ ਕੀ ਪਾਪ ਹੁੰਦਾ, ਕੌਣ ਸਵਰਗ ਦੇ ਜਾਂਦਾ ਕੌਣ ਨਰਕ ਦੇ ਜਾਂਦਾ। ਮੈਂ ਇਹ ਵੀ ਅਰਜ਼ ਕਰਦੇ ਹਾਂ, ਇਹ ਜਿਹੜੇ ਕੁਝ ਬੋਲ ਨੇ, ਸਟੇਜਾਂ ਹੁੰਦੀਆਂ ਨੇ ਅਧਿਆਤਮਕ ਸ਼ਿਖਰ ਦੀਆਂ ਗੱਲਾਂ ਨੇ ਜੋ ਕਬੀਰ ਧੰਨ ਗੁਰੂ ਅਰਜਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਿਆਨ ਕਰਦੇ ਨੇ। ਕੀ ਹੁੰਦਾ ਹੈ ਪਾਪ? ਕੋਈ ਪਾਪ ਨਹੀਂ ਹੈ। ਕੀ ਹੁੰਦਾ ਹੈ ਪੁੰਨ? ਕੋਈ ਪੁੰਨ ਨਹੀਂ ਹੈ। ਯਹੂਦੀ, ਇਸਲਾਮ, ਇਸਾਈਅਤ ਅਤੇ ਜੜਦਰਸਤੀ ਜਿਨ੍ਹਾਂ ਨੂੰ ਪਾਰਸੀ ਕਹਿੰਦੇ ਨੇ, ਇਹ ਕਹਿੰਦੇ ਨੇ ਮਨੁੱਖ ਦੇ ਦੁੱਖ ਦਾ ਕਾਰਨ ਪਾਪ ਹੈ। ਅਗਰ ਮਨੁੱਖ ਦੁਖੀ ਹੈ ਤਾਂ ਪਾਪ ਕੀਤੇ ਹੋਣਗੇ, ਪਾਪ ਕਰਕੇ ਦੁਖੀ ਹੈ। ਅਗਰ ਪਾਪਾਂ ਦੇ ਬੀਜ ਦੇ ਚੋਂ ਦੁੱਖ ਨਿਕਲਦੇ ਨੇ ਤੇ ਪਾਪਾਂ ਦਾ ਇਹ ਨਾਸ਼ ਕਿਵੇਂ ਕਰੀਏ? ਪਾਪਾਂ ਦਾ ਬੋਇਆ ਹੋਇਆ ਬੀਜ ਤੇ ਦੁੱਖਾਂ ਦਾ ਬ੍ਰਿਕਸ਼ ਪੈਦਾ ਹੋ ਗਿਆ, ਦੁੱਖਾਂ ਦਾ ਬੂਟਾ ਜਿਹਨੂੰ ਪੱਤੇ ਫੁੱਲ ਫਲ ਸਾਰੇ ਦੁੱਖ ਦੇ ਲੱਗ ਰਹੇ ਨੇ, ਇਹਨੂੰ ਪੁੱਟੀਏ ਕਿਵੇਂ? ਕਹਿੰਦੇ ਨੇ ਪੁੰਨ ਨਾਲ ਪੁੱਟ ਦਿਓ, ਪੁੰਨ ਨਾਲ ਖਤਮ ਕਰ ਦਿਓ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਪੰਕਤੀਆਂ, ਪਾਪ ਪੁੰਨ ਦੋਏ ਏਕ ਸਮਾਨ, ਦੋਵੇਂ ਇੱਕੋ ਜਿਹਾ ਨੇ, ਕੋਈ ਫਰਕ ਨਹੀਂ। ਹੁਣ ਫਿਰ ਹੈਰਾਨਗੀ ਹੋਵੇਗੀ, ਇੱਕੋ ਜਿਹਾ ਨੇ, ਪਾਪ ਪੁੰਨ ਦੋਏ ਏਕ ਸਮਾਨ। ਮੈਂ ਬਹੁਤਾ ਤਾਂ ਕੁਛ ਨਹੀਂ ਬਿਆਨ ਕਰਾਂਗਾ, ਸਿਰਫ ਟੂਕ ਮਾਤਰ। ਪਾਪ ਪੁੰਨ ਦੋਏ ਏਕ ਸਮਾਨ, ਸਮ ਬਰਾਬਰ ਨੇ, ਇੱਕੋ ਕੁਛ ਨੇ। ਪਹਿਲੇ ਦੇਖਣਾ ਪਏਗਾ ਮਨੁੱਖ ਪਾਪ ਕਿਉਂ ਕਰਦਾ ਹੈ? ਅਗਿਆਨ ਕਰਕੇ ਕਰਦਾ, ਨਾ ਸਮਝੀ ਕਰਕੇ ਕਰਦਾ। ਤੇ ਪਾਪ ਕਿਸ ਨੂੰ ਕਹਿੰਦੇ ਨੇ? ਕਿਸੇ ਨੂੰ ਦੁੱਖ ਪਹੁੰਚਾਉਣ ਦੀ ਸੋਚਣਾ, ਬਸ ਇਹੀ ਪਾਪ ਹੈ, ਹੋਰ ਕੋਈ ਪਾਪ ਨਹੀਂ।
ਕਿਸੇ ਨੂੰ ਵੀ ਚੋਟ ਪਹੁੰਚਾਉਣ ਦੀ ਸੋਚਣਾ, ਜਾਨ ਦੀ ਚੋਟ, ਮਾਲ ਦੀ ਚੋਟ ਜਾਂ ਇੱਜ਼ਤ ਆਬਰੂ ਦੀ ਚੋਟ, ਇਹ ਤਿੰਨ ਚੋਟਾਂ ਨੇ। ਅਗਰ ਕੋਈ ਮਨੁੱਖ ਕਹਿ ਦੇਵੇ ਨਾ ਮੈਂ ਖਤਰੇ ਦੇ ਚਾਂ, ਤਾਂ ਖਤਰਾ ਵੀ ਸਿਰਫ ਤਿੰਨ ਥਾਵਾਂ ਤੇ ਆਉਂਦਾ, ਜਾਨ ਨੂੰ ਖਤਰਾ, ਮਾਲ ਨੂੰ ਖਤਰਾ, ਇੱਜ਼ਤ ਆਬਰੂ ਨੂੰ ਖਤਰਾ। ਹੋਰ ਕੀ ਖਤਰਾ ਹੁੰਦਾ? ਹੋਰ ਤਾਂ ਕੋਈ ਖਤਰਾ ਨਹੀਂ ਹੁੰਦਾ। ਜੋ ਐਸਾ ਸੋਚੇ ਕਿ ਇਹਦੀ ਜਾਨ ਨੂੰ ਚੋਟ ਪਹੁੰਚਾਉਣਾ ਜਾਂ ਇਹਦੀ ਜਾਨ ਖੋਣੀ ਹੈ, ਇਹਦੇ ਮਾਲ ਨੂੰ ਚੋਟ ਪਹੁੰਚਾਉਣੀ ਹੈ ਜਾਂ ਇਹਦੀ ਧਨ ਸੰਪਦਾ ਖੋਣੀ ਹੈ, ਇਹਦੀ ਇੱਜ਼ਤ ਲੁੱਟਣੀ ਹੈ, ਇਹ ਖਤਰੇ ਤਿੰਨ ਹੋਣ। ਬਸ ਇਹੀ ਪਾਪ ਹੈ, ਕਿਸੇ ਦੀ ਜਾਨੋ ਮਾਲ ਇੱਜ਼ਤ ਲੁੱਟਣ ਦੀ ਸੋਚਣਾ, ਖੋਣ ਦੀ ਸੋਚਣਾ, ਬਸ ਇਹ ਸੋਚਣਾ ਹੀ ਪਾਪ ਹੈ। ਬਸ ਸੋਚਿਆ ਪਾਪ ਹੋ ਗਿਆ, ਪਰ ਲੁੱਟ ਲਿਆ ਕਿਸੇ ਦੀ ਜਾਨ, ਖੋ ਲਈਏ, ਇਹ ਅਪਰਾਧ ਹੋ ਜਾਂਦਾ ਹੈ, ਇਹ ਵਿਚਾਰ ਕ੍ਰਿਤ ਬਣ ਗਿਆ, ਇਹ ਸੋਚਣੀ ਕਰਨੀ ਬਣ ਗਈ ਹੈ, ਇਹ ਵਿਚਾਰ ਕਿਰਦਾਰ ਬਣ ਗਿਆ। ਉਹ ਜਿਹੜਾ ਕਿਰਦਾਰ ਹੈ, ਉਹ ਜਿਹੜੀ ਕ੍ਰਿਤ ਹੈ, ਉਹ ਸਮਾਜ ਤੇ ਕਾਨੂੰਨ ਦੀ ਪਕੜ ਵਿੱਚ ਆਉਂਦੀ ਹੈ, ਵਿਚਾਰ ਪਕੜ ਵਿੱਚ ਨਹੀਂ ਆਉਂਦਾ। ਇੱਥੇ ਸਟੇਜ ਤੇ ਬੈਠਾ, ਜੇ ਮੈਂ ਬੁਰਾ ਸੋਚਾਂ ਤੁਹਾਨੂੰ ਕੀ ਪਤਾ, ਤੇ ਕਿਸੇ ਕਾਨੂੰਨ ਨੂੰ ਕੀ ਪਤਾ, ਪੁਲਿਸ ਨੂੰ ਕੀ ਪਤਾ। ਪਾਪ ਤੇ ਮਨੁੱਖ ਕਿਸੇ ਥਾਂ ਵੀ ਕਰ ਸਕਦਾ ਹੈ, ਪੁਲਿਸ ਸਟੇਸ਼ਨ ਤੇ ਬੈਠ ਕੇ ਵੀ ਪਾਪ ਕਰ ਸਕਦਾ, ਤਾਂ ਵੀ ਪੁਲਿਸ ਨੂੰ ਕੱਖ ਨਹੀਂ ਪਤਾ। ਅਦਾਲਤ ਵਿੱਚ ਬੈਠ ਕੇ ਵੀ ਮਨੁੱਖ ਪਾਪ ਕਰ ਸਕਦਾ, ਤਾਂ ਵੀ ਜੱਜ ਨੂੰ ਕੱਖ ਨਹੀਂ ਪਤਾ, ਮੁਨਸਫ ਨੂੰ ਕੁਛ ਵੀ ਨਹੀਂ ਪਤਾ। ਪਾਪ ਦੁੱਖਾਂ ਦਾ ਬੀਜ ਹੈ। ਪਾਪ ਕਿਵੇਂ ਮਿਟਾਈਏ? ਯਹੂਦੀ, ਇਸਲਾਮ, ਪਾਰਸੀ, ਈਸਾਈ ਇਹ ਕਹਿੰਦੇ ਨੇ ਪੁੰਨ ਨਾਲ ਮਿਟਾਓ। ਕਿਸੇ ਦੀ ਜਾਨ ਖੋਣ ਦੀ ਸੋਚੀ ਸੀ ਤਾਂ ਕਿਸੇ ਨੂੰ ਸੁੱਖ ਦੇਣ ਦੀ ਸੋਚੋ। ਕਿਸੇ ਦਾ ਮਾਣ ਸਨਮਾਨ ਖੋਣ ਦਾ ਸੋਚਿਆ ਸੀ ਤੇ ਕਿਸੇ ਨੂੰ ਮਾਣ ਸਨਮਾਨ ਦਿਓ। ਕਿਸੇ ਨੂੰ ਰੁਲਾਉਣ ਦਾ ਸੋਚਿਆ ਸੀ ਤੇ ਉਹਨੂੰ ਹਸਾਓ, ਖੁਸ਼ੀ ਦਿਓ। ਇਹ ਪੁੰਨ ਹੈ, ਇਹਦੇ ਨਾਲ ਪਾਪ ਕੱਟ ਜਾਣਗੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਹੀਂ ਕੱਟਦੇ, ਨਹੀਂ ਕੱਟਦੇ। ਔਖੇ ਨਾ ਹੋਣਾ, ਮੈਂ ਫਿਰ ਅਰਜ਼ ਕਰਾਂ, ਯਥਾਰਥ ਬੋਲਨੇ ਆਪ ਇਤਨੇ ਸਾਰੇ ਬੈਠੇ ਪੁੰਨ ਤੇ, ਸਾਰੇ ਹੀ ਕਰਦੇ ਨੇ ਥੋੜ੍ਹੇ ਬਹੁਤ, ਤੇ ਪੁੰਨ ਕਰਦੇ ਹੋਇਆਂ ਹੀ ਸਾਰੇ ਦੁਖੀ ਵੀ ਹਨ। ਹਰ ਇੱਕ ਦੇ ਦੁੱਖਾਂ ਦੀ ਆਪਣੀ ਆਪਣੀ ਸਮੱਸਿਆ ਹੈ। ਮੇਰਾ ਮਨ ਕਤਾ ਹੀ ਨਹੀਂ ਮੰਨਦਾ ਕਿ ਕੋਈ ਸੁਖੀ ਹੋਵੇਗਾ, ਇਹ ਵੀ ਮੈਂ ਅਰਜ਼ ਕਰਾਂ। ਤੁਸੀਂ ਆਖੋਗੇ ਫਿਰ ਮੇਰੀ ਮਨੋਤ ਗਲਤ ਹੈ, ਨਹੀਂ, ਮੈਂ ਮਨੋਤ ਬਣਾਈਏ ਗੁਰਬਾਣੀ ਦੀ ਪੰਕਤੀ ਦੇ ਅਸਾਰ ਤੇ। ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤਨ ਮਨ ਦੋਹਾਂ ਨੂੰ ਮੰਨਦੀ ਹੈ ਦੁਖੀ ਹੈ। ਤਨ ਦੇ ਚ ਰੋਗ ਨੇ, ਮਨ ਦੇ ਚ ਸੋਗ ਨੇ। ਮਨ ਦਾ ਦੁੱਖ ਕੀ ਹੈ? ਸੋਗ ਤੇ ਚਿੰਤਾ। ਤੇ ਤਨ ਦਾ ਦੁੱਖ ਕੀ ਹੈ? ਇੱਕ ਰੋਗ, ਬਿਮਾਰੀ। ਸਾਰੇ ਹੀ ਤਨ ਰੋਗੀ ਨੇ, ਇੱਕ ਵੀ ਤੰਦਰੁਸਤ ਨਹੀਂ ਹੈ। ਜੋ ਜੋ ਦੀਸੇ ਸੋ ਸੋ ਰੋਗੀ। ਰੋਗ ਸੀਮਾ ਦੇ ਚੋਵੇ ਤੇ ਅਸੀਂ ਕਹਿ ਦਿੰਦੇ ਹਾਂ ਤੰਦਰੁਸਤ ਹੈ, ਨਹੀਂ, ਬਿਮਾਰ ਹੈ। ਰੋਗ ਸੀਮਾ ਵਿੱਚ ਹੈ, ਜੇ ਰੋਗ ਪੀੜਾ ਨਹੀਂ ਬਣਿਆ, ਰੋਗ ਦਰਦ ਨਹੀਂ ਬਣਿਆ,
ਰੋਗ ਤੇ ਹੈ। ਅਗਰ ਰੋਗ ਨਹੀਂ ਹੈ ਤਾਂ ਫਿਰ ਇਹ ਬੁੱਢਾ ਕਿਸ ਤਰ੍ਹਾਂ ਹੋ ਜਾਂਦਾ ਹੈ? ਹੁਣ ਮੈਂ ਅਰਜ਼ ਕਰਾਂ, ਬਾਕੀ ਜਿਹੜੇ ਰੋਗ ਨੇ ਦਵਾਈਆਂ ਨਾਲ ਉਹਨਾਂ ਦੀ ਪੀੜਾ ਨੂੰ ਸੀਮਾ 'ਚ ਕੀਤਾ ਜਾ ਸਕਦਾ ਹੈ, ਰੋਗ ਸੀਮਾ ਦੇ 'ਚ ਨਹੀਂ ਆਉਂਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਤੇ ਨਿਰਾਸ਼ਾ ਭਰੇ ਬੋਲ ਨਾ ਸਮਝ ਲੈਣਾ, ਜੋ ਜੋ ਦੀਸੇ ਸੋ ਸੋ ਰੋਗੀ। ਹੁਣ 6 ਅਰਬ ਦੇ ਕਰੀਬ ਮਨੁੱਖ ਨੇ ਰੋਗੀ ਮੰਨ ਲਈਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ ਰੋਗੀ ਨੇ, ਸਾਰੇ ਹੀ ਰੋਗੀ। ਰੋਗ ਸੀਮਾ ਦੇ ਚ ਹੋਵੇ ਅਸੀਂ ਕਹਿੰਦੇ ਹਾਂ ਤੰਦਰੁਸਤ ਹੈ, ਰੋਗ ਸੀਮਾ ਤੋਂ ਅੱਗੇ ਲੰਘ ਗਿਆ, ਪੀੜਾ ਬਣ ਗਿਆ, ਦਰਦ ਬਣ ਗਿਆ, ਅਸੀਂ ਕਹਿੰਦੇ ਹਾਂ ਬਿਮਾਰ। ਨਹੀਂ, ਜੋ ਪੀੜਾ ਨਹੀਂ ਬਣਿਆ, ਦਰਦ ਨਹੀਂ ਬਣਿਆ, ਉਹ ਮਨੁੱਖ ਵੀ ਰੋਗੀ ਹੈ। ਰੋਗ ਅਜੇ ਸੀਮਾ ਦੇ ਚ, ਪੀੜਾ ਨਹੀਂ ਬਣਿਆ। ਫਿਰ ਪੀੜਾ ਬਣੇ ਤੇ ਔਸ਼ਧੀਆਂ ਕੀ ਕਰਦੀਆਂ ਨੇ? ਪੀੜਾ ਖਤਮ ਹੋਵੇ, ਕੋਈ ਬਿਮਾਰੀ ਜੜੋਂ ਨਹੀਂ ਪੁੱਟੀ ਜਾਂਦੀ, ਦੂਸਰਾ ਰੂਪ ਧਾਰਨ ਕਰ ਲੈਂਦੀ ਹੈ। ਐਸਾ ਧਾਰਮਿਕ ਗ੍ਰੰਥ ਕਹਿੰਦੇ ਨੇ। ਅਗਰ ਰੋਗ ਮਿਟ ਜਾਏ ਤਾਂ ਫਿਰ ਬੁਢੇਪਾ ਮਿਟ ਜਾਏਗਾ, ਉਹੀ ਅੰਦਰੂਨੀ ਰੋਗ ਉਸਨੂੰ ਇੱਕ ਦਿਨ ਬੁੱਢਾ ਕਰ ਦਿੰਦਾ, ਫਿਰ ਬੁਢੇਪੇ ਦੀ ਪੀੜਾ ਨੂੰ ਸੀਮਾ ਦੇ ਚ ਵੀ ਨਹੀਂ ਕੀਤਾ ਜਾ ਸਕਦਾ। ਬੁਢੇਪੇ ਦੀ ਆਪਣੀ ਇੱਕ ਪੀੜਾ ਹੈ, ਪੈਰ ਹੈਗੇ ਨੇ ਢੰਗ ਨਾਲ ਚੱਲ ਨਹੀਂ ਸਕਦਾ, ਜ਼ਬਾਨ ਹੈਗੇ ਲੜਖੜਾ ਗਈ ਹੈ, ਮੂੰਹ ਚ ਦੰਦ ਗਿਰ ਗਏ ਨੇ, ਅੱਖਾਂ ਹੈਗੀਆਂ ਨੇ ਢੰਗ ਨਾਲ ਵੇਖ ਨਹੀਂ ਸਕਦਾ, ਕੰਨ ਹੈਗੇ ਨੇ ਢੰਗ ਨਾਲ ਸੁਣ ਨਹੀਂ ਸਕਦਾ, ਹੱਥ ਕਮਜ਼ੋਰ ਹੋ ਗਏ ਨੇ, ਦੂਜੇ ਦੇ ਸਹਾਰੇ ਨਾਲ ਚੱਲਦਾ ਹੈ, ਵਿਚਾਰਾ ਚੱਲ ਨਹੀਂ ਸਕਦਾ। ਜਬ ਲਗ ਜਰਾ ਰੋਗ ਨਹੀਂ ਆਇਆ, ਰੋਗੀ ਤੇ ਤੂੰ ਹੈ, ਪਰ ਜਿੰਨੇ ਚਿਰ ਤੱਕ ਤੇਰੇ ਤੇ ਬੁਢੇਪੇ ਦਾ ਰੋਗ ਨਹੀਂ ਆਇਆ, ਹੋਰ ਕਿਸੇ ਰੋਗ ਦਾ ਨਹੀਂ ਜ਼ਿਕਰ ਕੀਤਾ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜਲੇ ਰੇ ਮਨ ਸਾਰੰਗ ਪਾਣੀ। ਜਿੰਨੇ ਚਿਰ ਤੱਕ ਤੇਰੀ ਜ਼ਬਾਨ ਲੜਖੜਾਈ ਨਹੀਂ, ਜਿਤਨੇ ਚਿਰ ਤੱਕ ਤੇਰੇ ਹੱਥੇ ਪੈਰਾਂ ਨੂੰ ਕੰਬੜੀ ਨਹੀਂ ਛਿੜੇ, ਤੇਰਾ ਸਰੀਰ ਕੁਬੜਾ ਨਹੀਂ ਹੋਇਆ, ਤੂੰ ਲਾਗਰ ਤੇ ਕਮਜ਼ੋਰ ਨਹੀਂ ਹੋਇਆ, ਭਜਨ ਕਰ ਲੈ, ਨਾਮ ਜਪ ਲੈ, ਨਹੀਂ ਤੇ ਐਸਾ ਰੋਗ ਆਏਗਾ ਜਿਹਦੀ ਪੀੜਾ ਨੂੰ ਸੀਮਤ ਵਿੱਚ ਹੀ ਨਹੀਂ ਕਰ ਸਕੇਗਾ, ਉਹ ਵੱਧਦਾ ਜਾਏਗਾ, ਪੀੜਾ ਵੱਧਦੀ ਜਾਏਗੀ। ਜਬ ਲਗ ਜਰਾ ਰੋਗ ਨਹੀਂ ਆਇਆ, ਤਨ ਰੋਗੀ ਹੈ, ਸਾਰੇ ਹੀ ਰੋਗੀ ਨੇ, ਸਾਰੇ ਬੁੱਢੇ ਆਉਣਗੇ, ਬੁਢੇਪੇ ਦਾ ਰੋਗ ਸਾਰਿਆਂ ਦੇ ਅੰਦਰ ਹੈ। ਮਨ ਸੋਗੀ ਹੈ, ਮਨ ਵਿੱਚ ਚਿੰਤਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ, ਚਿੰਤਤ ਹੀ ਦੀਸੇ ਸਭ ਕੋਏ। ਸਤਿਗੁਰ ਕਹਿੰਦੇ ਨੇ ਸਾਰੇ ਹੀ ਚਿੰਤਾ ਤੁਰਨੇ, ਇੱਕ ਬੰਦੇ ਬਾਰੇ ਨਹੀਂ ਕਹਿ ਸਕਦੇ ਨਿਸ਼ਚਿੰਤ ਹੈ, ਇੱਕ ਵਾਸਤੇ ਵੀ ਨਹੀਂ ਕਹਿ ਸਕਦੇ, ਸਾਰੇ ਚਿੰਤਾ ਤੁਰਨਾ। ਚਿੰਤਾ ਅਲੱਗ ਅਲੱਗ ਹੋ ਸਕਦੀ ਹੈ, ਚਿੰਤਾ ਦੇ ਕਾਰਨ ਅਲੱਗ ਅਲੱਗ ਹੋ ਸਕਦੇ ਨੇ, ਲੇਕਿਨ ਚਿੰਤਾ ਤੇ ਹੈ। ਤਨ ਦੁੱਖ ਪ੍ਰਗਟ ਹੁੰਦਾ ਹੈ ਤਨ ਦੇ ਚ ਰੋਗ ਬਣ ਕੇ, ਦੁੱਖ ਪ੍ਰਗਟ ਹੁੰਦਾ ਹੈ ਮਨ ਦੇ ਚ ਸੋਗ ਬਣ ਕੇ। ਨਾਮ ਜਪਣ ਦਾ ਮਤਲਬ ਰੋਗ, ਸੋਗ,
ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ। ਕਿਆ ਹਰੀ ਦਾ ਜਨ ਬੁੱਢਾ ਨਹੀਂ ਆਉਂਦਾ ਤੇ ਮਰਦਾ ਨਹੀਂ? ਮਰਦਾ ਹੈ, ਬੁੱਢਾ ਵੀ ਆਉਂਦਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਫਿਰ ਇਹ ਪੰਕਤੀ, ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ। ਤਨ ਰੋਗ ਹੈ ਮਨ ਸੋਗ ਹੈ, ਹਰੀ ਦਾ ਜਨ ਤਨ ਮਨ ਦੋਹਾਂ ਤੋਂ ਪਾਰ ਚਲਾ ਜਾਂਦਾ ਹੈ, ਜੀਵਦਾ ਹੈ। ਤਨ ਦੇ ਤਲ 'ਤੇ ਨਹੀਂ ਜੀਵਦਾ, ਜੀਵਦਾ ਹੈ ਮਨ ਦੇ ਤਲ 'ਤੇ ਨਹੀਂ ਜੀਵਦਾ। ਇਹ ਅਵਸਥਾ ਉਸਨੂੰ ਕਿਸ ਤਰ੍ਹਾਂ ਮਿਲਦੀ ਹੈ? ਇਹ ਨਾਮ ਜਪ ਕੇ ਮਿਲਦੀ ਹੈ। ਨਾਮ ਤਨ ਤੋਂ ਪਰੇ ਕਰ ਦਿੰਦਾ ਹੈ, ਉਹਦੀ ਸੁਰਤ ਨੂੰ, ਉਹਦੀ ਚੇਤਨਾ ਨੂੰ। ਨਾਮ ਮਨ ਤੋਂ ਵੀ ਪਰੇ ਕਰ ਦਿੰਦਾ ਹੈ। ਰੋਗ ਸੋਗ ਆਪਣੀ ਥਾਂ ਤੇ ਬਣੇ ਰਹਿੰਦੇ ਨੇ, ਉਹ ਅੱਗੇ ਲੰਘ ਜਾਂਦਾ ਹੈ। ਇਹੀ ਕਾਰਨ ਹੈ ਐਸੇ ਪੁਰਸ਼ ਦੇ ਬੰਦ ਬੰਦ ਕੱਟ ਦਿੱਤੇ ਗਏ, ਹੱਸਦਾ ਰਿਹਾ। ਐਸੇ ਮਨੁੱਖ ਨੂੰ ਸੂਲੀ ਤੇ ਟੰਗ ਦੇ ਧਰ ਗਿਆ, ਖੁਦਾ ਦਾ ਸ਼ੁਕਰਾਨਾ ਕਰਦਾ ਰਿਹਾ। ਐਸੇ ਮਨੁੱਖ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਗਿਆ, ਔਰ ਕਈ ਦਿਨ ਦੇ ਭੁੱਖੇ ਰਸਨਾ ਤੋਂ ਬੋਲ ਨਿਕਲੇ, ਆ ਗਿਆ ਮੈਂ ਭੋਗ ਭੂਖ ਸੋਈ ਕਰ ਸੁਖਾ, ਸੋਗ ਹਰਖ ਨਹੀਂ ਜਾਣਿਆ, ਸੋਗ ਹਰਖ ਨਹੀਂ ਜਾਣ, ਖੁਸ਼ੀ ਗਮੀ ਅਸੀਂ ਨਹੀਂ ਜਾਣੇ, ਨਹੀਂ ਮੰਨਦੇ। ਸੋਗ ਹਰਖ ਨਹੀਂ ਜਾਣਿਆ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ। ਇਸ ਤਰ੍ਹਾਂ ਦੇ ਮਨੁੱਖ ਤਨ ਤੇ ਮਨ ਦੋਹਾਂ ਤੋਂ ਅੱਗੇ ਲੰਘ ਜਾਂਦੇ ਨੇ। ਸੋਗ ਵੀ ਪਿੱਛੇ ਰਹਿ ਜਾਂਦਾ ਹੈ, ਰੋਗ ਵੀ ਪਿੱਛੇ ਰਹਿੰਦਾ ਹੈ। ਸੰਸਾਰ ਚੁੰਕੇ ਤਨ ਦੇ ਤਲ ਤੇ ਜੀਵਦਾ, ਰੋਗੀ ਜੀਵਦਾ, ਰੋਗਾਂ ਵਿੱਚ ਜੀਵਦਾ। ਸੰਸਾਰ ਚੁੰਕੇ ਮਨ ਦੇ ਤਲ ਤੇ ਜੀਵਦਾ, ਤੂੰ ਚਿੰਤਾਵਾਂ ਵਿੱਚ ਜੀਵਦਾ। ਚਿੰਤਤ ਹੀ ਦੀਸੇ ਸਭ ਕੋ ਹੈ। ਹੁਣ ਮੈਂ ਫਿਰ ਅਰਜ਼ ਕਰਾਂ, ਪੁੰਨ ਨਾਲ ਪਾਪ ਨਹੀਂ ਕੱਢਦੇ, ਪਾਪ ਪੁੰਨ ਤੇ ਭਈ ਕਹਾਵਤ। ਕਿਉਂ? ਪਹਿਲੇ ਦੇਖਣਾ ਪਏਗਾ ਮਨੁੱਖ ਪਾਪ ਕਿਉਂ ਕਰਦਾ ਹੈ। ਮੈਂ ਫਿਰ ਦੁਹਰਾਵਾਂ, ਪਾਪ ਦੇ ਤਿੰਨ ਹੀ ਕਾਰਨ ਨੇ, ਲੋਭ ਕਾਮ ਤੇ ਹੰਕਾਰ, ਇਸ ਕਰਕੇ ਪਾਪ ਕਰਦਾ। ਕਿਸੇ ਦਾ ਬੁਰਾ ਕਿਉਂ ਸੋਚਦਾ ਹੈ? ਹੰਕਾਰ ਕਰਕੇ। ਕਿਸੇ ਦਾ ਬੁਰਾ ਕਿਉਂ ਸੋਚਦਾ ਹੈ? ਲੋਭ ਕਰਕੇ। ਕਿਸੇ ਦਾ ਬੁਰਾ ਕਿਉਂ ਸੋਚਦਾ ਹੈ? ਕੰਮ ਕਰਕੇ। ਇਹ ਪਾਪ ਹੈ। ਪਾਪ ਕਰਦਾ ਹੈ ਲੋਭ ਕਰਕੇ, ਹੰਕਾਰ ਕਰਕੇ, ਕਾਮ ਕਰਕੇ। ਪਰ ਕਾਮ ਲੋਭ ਅਹੰਕਾਰ ਇਹ ਕਿਉਂ ਕਰਦਾ ਹੈ? ਅਗਿਆਨ ਕਰਕੇ। ਨਾ ਸਮਝੀਏ, ਇਹਨੂੰ ਪਤਾ ਨਹੀਂ। ਦੂਜੇ ਨੂੰ ਦਿੱਤਾ ਗਿਆ ਦੁੱਖ ਪਲਟ ਕੇ ਵਾਪਸ ਆ ਜਾਂਦਾ, ਕਈ ਗੁਣਾ ਪਲਟ ਕੇ ਵਾਪਸ ਆਉਂਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਦੂਜੇ ਨਾਲ ਕੀਤੀ ਗਈ ਬੁਰਾਈ ਕਈ ਗੁਣਾ ਵੱਧ ਹੋ ਕੇ ਵਾਪਸ ਆਉਂਦੀ ਹੈ ਔਰ ਆਪਣੀ ਝੋਲੀ ਵਿੱਚ ਪੈ ਜਾਂਦੀ ਹੈ। ਕਿਸੇ ਨੂੰ ਭਾਈ ਗੁਰਦਾਸ ਕਹਿੰਦੇ ਨੇ, ਦਿੱਤਾ ਲਈਏ ਆਪਣਾ, ਅਣ ਦਿੱਤੇ ਕਿਛ ਹੱਥ ਨਾ, ਜੋ ਜਗਤ ਨੂੰ ਦਿੰਦਿਆਂ ਪਲਟ ਕੇ ਵਾਪਸ ਆਉਂਦਾ। ਮਨੁੱਖ ਪਾਪ ਕਿਉਂ ਕਰਦਾ ਹੈ? ਅਗਿਆਨ ਕਰਕੇ। ਮਨੁੱਖ ਪੁੰਨ ਕਿਉਂ ਕਰਦਾ ਹੈ? ਅਗਿਆਨ ਕਰਕੇ। ਦਾਨ ਕਰ ਰਿਹਾ,
ਪਾਠ ਕਰ ਰਿਹਾ, ਤੀਰਥਾਂ ਤੇ ਜਾ ਰਿਹਾ, ਸਮਝ ਕੱਖ ਵੀ ਕੋਈ ਨਹੀਂ, ਅਗਿਆਨ। ਪਾਪ ਦੀ ਬੁਨਿਆਦ ਕੀ ਸੀ? ਅਗਿਆਨ। ਤੇ ਪੁੰਨ ਦੀ ਬੁਨਿਆਦ ਕੀ ਸੀ? ਅਗਿਆਨ। ਤੋ ਗੁਰਬਾਣੀ ਕਹਿੰਦੀ ਦੋਵੇਂ ਇੱਕੋ ਜਿਹੇ ਨੇ, ਪਾਪ ਪੁੰਨ ਦੋਵੇਂ ਇੱਕੋ ਜਿਹੇ ਨੇ। ਅਗਿਆਨ ਵਸ ਹੋ ਕੇ ਪੁੰਨ ਪਿਆ ਕਰਦਾ, ਅਗਿਆਨ ਵਸ ਹੋ ਕੇ ਪਾਪ ਪਿਆ ਕਰਦਾ। ਨਾ ਸਮਝੀ ਕਰਕੇ ਪੁੰਨ ਪਿਆ ਕਰਦਾ, ਨਾ ਸਮਝੀ ਕਰਕੇ ਪਾਪ ਪਿਆ ਕਰਦਾ। ਤੇ ਜਦ ਹੈ ਹੀ ਨਾ ਸਮਝੀ, ਤੇ ਇਹਨੂੰ ਪਾਪ ਪੁੰਨ ਦੀ ਕੀ ਸਮਝ ਹੈ? ਦੋਵੇਂ ਅਗਿਆਨ ਤੋਂ ਨਿਕਲਦੇ ਪਏ ਨੇ। ਲੋਭ ਕਰਕੇ ਪਾਪ ਕੀਤਾ ਸੀ, ਲੋਭ ਕਰਕੇ ਹੀ ਪੁੰਨ ਪਿਆ ਕਰਦਾ ਹੈ। ਵੀ ਥੋੜ੍ਹਾ ਬਹੁਤ ਦਾਨ ਦਿੱਤਾ, ਬੜਾ ਕੁਛ ਮਿਲੇਗਾ, ਜੰਨਤ ਮਿਲੇਗੀ, ਸਵਰਗ ਮਿਲੇਗਾ, ਬੜੀ ਲੰਬੀ ਚੌੜੀ ਮੰਗ ਹੈ। ਥੋੜ੍ਹਾ ਜਿਹਾ ਕੋਈ ਪੁੰਨ ਕੀਤਾ ਹੈ, ਬੜਾ ਪ੍ਰਬਲ ਹੰਕਾਰ ਹੈ, ਹੁਣ ਜਗਤ ਮੈਨੂੰ ਮਹਾਨ ਆਖੇ, ਚੰਗਾ ਚੰਗਾ ਕਰਕੇ ਆਖੇ। ਐਸਾ ਪੁਨੀਤ ਲੱਭਣਾ ਬੜਾ ਔਖਾ ਹੈ ਜੋ ਹੰਕਾਰੀ ਨਾ ਹੋਵੇ। ਤਾਂ ਅਹੰਕਾਰ ਤੇ ਖੁਦ ਸਵੈਮ ਇੱਕ ਪਾਪ ਹੈ। ਪਾਪ ਪੁੰਨ ਦੋਏ ਏਕ ਸਮਾ। ਇਹਨਾਂ ਤੋਂ ਮਨੁੱਖ ਪਾਰ ਕਿਵੇਂ ਜਾਵੇ? ਜਪ ਕਰਕੇ। ਤੇ ਜਪ ਕਿਵੇਂ ਕਰੀਏ? ਗੁਰਬਾਣੀ ਕਹਿੰਦੀ ਹੈ ਕੋਈ ਢੰਗ ਨਹੀਂ ਹੈ, ਕੋਈ ਢੰਗ ਨਹੀਂ ਹੈ, ਕੋਈ ਤਰੀਕਾ ਨਹੀਂ ਹੈ। ਇਹੀ ਕਾਰਨ ਹੈ ਕਿ ਜਿਤਨੇ ਅਵਤਾਰ ਹੋਏ ਆਪਣੇ ਢੰਗ ਦੇ ਹੋਏ, ਇੱਕ ਦਾ ਢੰਗ ਦੂਜੇ ਨਾਲ ਨਹੀਂ ਮੇਲ ਖਾਂਦਾ। ਪ੍ਰਿੰਸੀਪਲ ਗੰਗਾ ਸਿੰਘ ਕਿਹਾ ਕਰਦੇ ਸਨ ਜੀ, ਸਾਰੇ ਅਵਤਾਰ ਇੱਕੋ ਹੀ ਸਮੇਂ ਹੋਏ ਆਉਂਦੇ, ਤੇ ਇਹਨਾਂ ਦੇ ਜੀਵਨ ਦਾ ਤੇ ਭਗਤੀ ਦਾ ਢੰਗ ਵੀ ਇੱਕੋ ਆਉਂਦਾ, ਕਮ ਸੇ ਕਮ ਮਜ਼ਹਬੀ ਖੂਨ ਖਰਾਬਾ ਤੇ ਨਹੀਂ ਆਉਣਾ ਸੀ ਨਾ, ਜਿਹੜਾ ਹੁੰਦਾ ਪਿਆ। ਰਾਜਨੀਤੀ ਦੇ ਨਾਂ ਤੇ ਜਿਤਨਾ ਖੂਨ ਖਰਾਬਾ ਹੋਇਆ, ਉਸ ਤੋਂ ਦੁੱਗਣਾ ਹੋਇਆ ਧਰਮ ਦੇ ਨਾਂ ਤੇ। 1000 ਸਾਲ ਤੱਕ ਯਹੂਦੀ ਮਾਰ ਖਾਂਦੇ ਰਹੇ, ਈਸਾਈਆਂ ਤੋਂ ਮੁਸਲਮਾਨਾਂ ਤੋਂ ਸੁਲਾ ਅਜੇ ਵੀ ਨਹੀਂ ਹੈ ਇਸਲਾਮ ਨਾਲ। ਸਾਰੇ ਅਰਬ ਚਾਹੁੰਦੇ ਨੇ ਇਸਰਾਇਲ ਤਬਾਹ ਹੋਵੇ, ਅਜੇ ਵੀ ਸੁਲਾ ਕੋਈ ਨਹੀਂ। ਬੋਧ ਤੇ ਸਨਾਤਨ ਮਤ ਬੜੇ ਲੰਬੇ ਸਮੇਂ ਤੱਕ ਟਕਰਾਉਂਦੇ ਰਹੇ ਨੇ ਆਪਸ ਦੇ ਵਿੱਚ। ਹਿੰਦੂ ਮੁਸਲਮਾਨ ਫਸਾਦ ਬੜੇ ਭਾਰੀ ਆਉਂਦੇ ਰਹੇ ਨੇ। ਮੁਸਲਮਾਨਾਂ ਵਿੱਚ ਦੋ ਫਿਰਕੇ ਨੇ, ਸ਼ੀਆਂ ਤੇ ਸੁੰਨੀ, ਸਾਲ ਦੇ ਸਾਲ ਖੂਨ ਖਰਾਬਾ ਹੋ ਜਾਂਦਾ ਔਰ ਰੱਜ ਕੇ ਆਉਂਦਾ। ਸਿੱਖਾਂ ਵਿੱਚ ਅਲੱਗ ਅਲੱਗ ਵਿਚਾਰਧਾਰਾ ਕਰਕੇ ਆਪਸੀ ਖੂਨ ਖਰਾਬੇ, ਆਪਸ ਦੇ ਵਿੱਚ ਮਤਭੇਦ, ਧਾਰਮਿਕ ਮਤਭੇਦ। ਪ੍ਰਿੰਸੀਪਲ ਗੰਗਾ ਸਿੰਘ ਨੇ ਦਲੀਲ ਦਿੱਤੀ ਸੀ, ਕਾਸ਼ ਇਹ ਸਾਰੇ ਅਵਤਾਰ ਇੱਕੋ ਸਮੇਂ ਆਉਂਦੇ, ਔਰ ਸਿਰਫ ਇੱਕੋ ਹੀ ਸਮੇਂ ਨਹੀਂ, ਇਹਨਾਂ ਦਾ ਢੰਗ ਵੀ ਇੱਕੋ ਆਉਂਦਾ, ਇਹ ਦੁਬਧਾ ਨਹੀਂ ਆਉਣੀ ਸੀ। ਕਮ ਸੇ ਕਮ ਮਜ਼ਹਬ ਦੇ ਨਾਂ ਤੇ ਖੂਨ ਖਰਾਬਾ ਨਹੀਂ ਆਉਣਾ ਸੀ, ਕਸਮ ਕਮ ਸੇ ਕਮ ਧਰਮ ਦੇ ਨਾਂ ਤੇ ਖੂਨ ਖਰਾਬਾ ਨਹੀਂ ਆਉਣਾ ਸੀ। ਹੁਣ ਧਰਮ ਤੇ ਪਿਆਰ ਹੈ, ਧਰਮ ਤੇ ਦਇਆ ਹੈ, ਧਰਮ ਤੇ ਸੰਤੋਖ ਹੈ, ਧਰਮ ਦੇ ਦੋ ਹੀ ਸਤੂਨ ਨੇ, ਧਰਮ ਦੇ ਦੋ ਪੈਰ ਨੇ ਜਿਨ੍ਹਾਂ ਦੇ ਨਾਲ ਧਰਮ ਚੱਲਦਾ। ਜਿਵੇਂ ਅਸੀਂ ਦੋ ਪੈਰਾਂ ਤੇ ਚੱਲਦੇ ਹਾਂ ਨਾ, ਧਰਮ ਵੀ ਦੋ ਪੈਰਾਂ ਤੇ ਚੱਲਦਾ। ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪਰਖਿਆ ਜਿਨਸੋ। ਸੰਤੋਖ ਤੇ ਦਇਆ
ਦੂਸਰੇ ਤੇ ਤਰਸ ਖਾਣਾ, ਹਰ ਵਕਤ ਦਇਆ ਨਾਲ ਭਰੇ ਰਹਿਣਾ। ਹਰ ਵਕਤ ਉਹ ਦਇਆ ਦੇ ਨਾਲ ਭਰਿਆ ਹੋਇਆ ਧਾਰਮਿਕ ਮਨੁੱਖ, ਪਰ ਜਿੱਥੇ ਜਿੱਥੇ ਕਿਧਰੇ ਲੋੜ ਪੈ ਜਾਂਦੀ ਉਹਦੀ ਦਇਆ ਕ੍ਰਿਤ ਬਣ ਜਾਂਦੀ। ਹਰ ਵਕਤ ਸੰਤੋਖ ਨਾਲ ਭਰਿਆ ਹੋਇਆ, ਜਿੱਥੇ ਜਿੱਥੇ ਕਿਧਰੇ ਲੋੜ ਪੈ ਜਾਂਦੀ ਹੈ ਉਹਦਾ ਸੰਤੋਖ ਕ੍ਰਿਤ ਬਣ ਜਾਂਦਾ ਹੈ। ਇੱਕ ਦੁਸ਼ਟ ਦੇ ਅੰਦਰ ਹਰ ਵਕਤ ਦੁਸ਼ਟ ਬਣਾ ਚੱਲਦਾ ਹੈ, ਜਿੱਥੇ ਉਹਨੂੰ ਲੋੜ ਪੈ ਜਾਂਦੀ ਉਹਦਾ ਦੁਸ਼ਟ ਬਣਾ ਕ੍ਰਿਤ ਬਣ ਜਾਂਦਾ ਹੈ। ਇੱਕ ਚੋਰ ਦੇ ਅੰਦਰ ਹਰ ਵਕਤ ਚੋਰੀ ਚੱਲਦੀ ਹੈ, ਜਿੱਥੇ ਉਸਨੂੰ ਮੌਕਾ ਮਿਲਦਾ ਚੋਰੀ ਕਰ ਲੈਂਦਾ। ਇੱਕ ਦੁਰਾਚਾਰੀ ਦੇ ਅੰਦਰ ਹਰ ਵਕਤ ਦੁਰਾਚਾਰ ਚੱਲਦਾ ਹੈ, ਜਿੱਥੇ ਉਸਨੂੰ ਮੌਕਾ ਮਿਲ ਜਾਂਦਾ ਦੁਰਾਚਾਰ ਕਰ ਲੈਂਦਾ। ਇੱਕ ਦੁਸ਼ਟ ਦੇ ਅੰਦਰ ਹਰ ਵਕਤ ਦੁਸ਼ਟਪਣਾ ਚੱਲਦਾ, ਹਰ ਵਕਤ ਚੱਲਦਾ, ਸਿਰਫ ਮੌਕਾ ਨਹੀਂ ਮਿਲਿਆ ਉਹਨੂੰ ਦੁਸ਼ਟਪਣਾ ਪ੍ਰਗਟ ਕਰਨ ਦਾ, ਮੌਕਾ ਨਹੀਂ ਬਣਿਆ। ਕਾਨੂੰਨ ਹੋਵੇਗਾ, ਸਮਾਜ ਹੋਵੇਗਾ, ਧਾਰਮਿਕ ਮਨੁੱਖ ਦੇ ਅੰਦਰ ਹਰ ਵਕਤ ਦਇਆ ਚੱਲਦੀ ਹੈ। ਹਰ ਵਕਤ ਜਿੱਥੇ ਲੋੜ ਪੈ ਜਾਏ ਉਹਦੀ ਦਇਆ ਕ੍ਰਿਤ ਬਣ ਜਾਂਦੀ ਹੈ। ਧਾਰਮਿਕ ਮਨੁੱਖ ਦੇ ਅੰਦਰ ਹਰ ਵਕਤ ਸਬਰ ਤੇ ਸੰਤੋਖ ਚੱਲਦਾ, ਜਿੱਥੇ ਲੋੜ ਪੈ ਜਾਂਦਾ ਉੱਥੇ ਸਬਰ ਤੇ ਸੰਤੋਖ ਕ੍ਰਿਤ ਦਾ ਰੂਪ ਧਾਰਨ ਕਰ ਜਾਂਦਾ। ਸਬਰ ਸੰਤੋਖ ਉਦੋਂ ਕ੍ਰਿਤ ਬਣਦਾ ਜਿੱਥੇ ਧਾਰਮਿਕ ਮਨੁੱਖ ਦੇਖਦਾ ਲੋੜ ਹੈ, ਉਹਦੀ ਦਇਆ ਉੱਥੇ ਕ੍ਰਿਤ ਬਣ ਜਾਂਦੀ ਹੈ ਜਿੱਥੇ ਦੇਖਦਾ ਹੈ ਇੱਥੇ ਲੋੜ ਹੈ। ਉਂਝ ਦਇਆ ਦੇ ਨਾਲ ਭਰਿਆ ਹੋਇਆ ਹਿਰਦਾ, ਹਰ ਵਕਤ ਦਇਆ, ਹਰ ਵਕਤ ਸੰਤੋਖ। ਇਹਨਾਂ ਦੋ ਸਤੂਨਾਂ ਤੇ ਧਰਮ ਖੜਾ ਹੈ। ਸੰਤੋਖ ਤੇ ਦਇਆ, ਨਾ ਹਿੰਦੂ ਆਉਂਦੀ ਹੈ, ਨਾ ਮੁਸਲਮਾਨ ਆਉਂਦੀ ਹੈ, ਨਾ ਸਿੱਖ ਆਉਂਦੀ ਹੈ, ਨਾ ਈਸਾਈ ਆਉਂਦੀ ਹੈ, ਨਾ ਯਹੂਦੀ ਆਉਂਦੀ ਹੈ, ਨਾ ਪਾਰਸੀ ਆਉਂਦੀ ਹੈ। ਦਇਆ ਦਇਆ ਸੰਤੋਖ ਸੰਤੋਖ ਉਮੀਦ ਹੈ ਗੱਲ ਪਕੜਦੇ ਚਾਹੀ। ਹੁਣ ਗੁਰਬਾਣੀ ਦੇ ਚ ਬੈਠੇ ਭਗਤ ਕਬੀਰ ਕਹਿੰਦੇ ਨੇ ਢੰਗ ਤੇ ਕੋਈ ਵੀ ਨਹੀਂ ਹੈ, ਜੇ ਮੇਰੇ ਕੋਲ ਸਿਮਰਨ ਦਾ ਢੰਗ ਪੁੱਛੋ ਤੇ ਕੋਈ ਵੀ ਨਹੀਂ ਹੈ, ਹੈ ਹੀ ਨਹੀਂ। ਅਗਰ ਵਾਕਈ ਇੱਕੋ ਹੀ ਢੰਗ ਆਉਂਦਾ ਤਾਂ ਕਮ ਸੇ ਕਮ ਸਾਰੇ ਅਵਤਾਰਾਂ ਦਾ ਢੰਗ ਤੇ ਇੱਕੋ ਹੋਣਾ ਚਾਹੀਦਾ ਸੀ। ਨੱਚ ਰਹੇ ਨੇ ਕ੍ਰਿਸ਼ਨ, ਮੁਰਲੀ ਵਜਾ ਰਹੇ ਨੇ, ਗਾ ਰਹੇ ਨੇ, ਮੈਦਾਨ ਏ ਜੰਗ ਦੇ ਚ ਵੀ ਉਹਨਾਂ ਦੇ ਕੋਲੋਂ ਜਿਹੜੇ ਬੋਲ ਨਿਕਲਦੇ ਨੇ ਕੰਠ ਦੇ ਚ, ਉਹਨੂੰ ਕਹਿੰਦੇ ਨੇ ਭਗਵਤ ਗੀਤਾ, ਪਰਮਾਤਮਾ ਦੇ ਗੀਤ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੁਰਬ ਤੇ ਮੈਨੂੰ ਯਾਦ ਹੈ, ਰਾਧਾ ਕ੍ਰਿਸ਼ਨ ਜੋ ਭਾਰਤ ਦੇ ਉਸ ਸਮੇਂ ਰਾਸ਼ਟਰਪਤੀ ਸਨ, ਗੁਰਪੁਰਬ ਤੇ ਪ੍ਰਾਈਮ ਮਿਨਿਸਟਰ ਜਾਂ ਰਾਸ਼ਟਰਪਤੀ ਲਾਜ਼ਮੀ ਦਿੱਲੀ ਦੇ ਚ ਆਉਂਦਾ ਹੈ। ਪੁਰਾਣੀ ਪ੍ਰਥਾ ਬਣੀ ਹੋਈ ਹੈ, ਬੋਲਦਾ ਵੀ ਹੈ। ਉਹ ਆਇਆ ਸੀ, ਮੈਨੂੰ ਉਸਦੇ ਬੋਲ ਅਜੇ ਤੱਕ ਯਾਦ ਨੇ, ਨਹੀਂ ਬੋਲੇ। ਉਹਨੇ ਗੱਲ ਇੱਥੋਂ ਆਰੰਭ ਕੀਤੀ, ਗੁਰੂ ਨਾਨਕ ਨੇ ਕੋਈ ਧੋਣੇ ਨਹੀਂ ਤਪਾਏ, ਗੁਰੂ ਨਾਨਕ ਨੇ ਪ੍ਰਾਣਾਯਮ ਵੀ ਨਹੀਂ ਕੀਤਾ। ਗੁਰੂ ਨਾਨਕ ਨੇ ਬਹੁਤ ਸਾਰੇ ਧਰਮ ਗ੍ਰੰਥਾਂ ਦੇ ਚ ਵੀ ਮਗਜ਼ਮਾਰੀ ਨਹੀਂ ਕੀਤੀ। ਗੁਰੂ ਨਾਨਕ ਨੇ ਜਲ ਧਾਰਾ ਵੀ ਨਹੀਂ ਕੀਤੀ।
ਗੁਰੂ ਨਾਨਕ ਨੇ ਨੇਤੀ ਧੋਤੀ ਦੀ ਸਾਧਨਾ ਜੋ ਆਮ ਧਾਰਮਿਕ ਲੋਕ ਕਰਦੇ ਨੇ ਹਿੰਦੂ ਜਗਤ ਦੇ, ਨਹੀਂ ਕੀਤੀ। ਫਿਰ ਆਖਰੀ ਸ਼ਬਦ ਸਨ ਉਸਦੇ, ਗੁਰੂ ਨਾਨਕ ਨੇ ਕੋਈ ਜਪ ਨਹੀਂ ਕੀਤਾ, ਕੋਈ ਤਪ ਨਹੀਂ ਕੀਤਾ। ਇਹ ਲਫ਼ਜ਼ ਵੀ ਸਨ, ਕੋਈ ਜਪ ਨਹੀਂ ਕੀਤਾ, ਕੋਈ ਤਪ ਨਹੀਂ ਕੀਤਾ, ਸਿਰਫ ਗਾਇਆ ਹੈ, ਗਾਇਆ ਹੈ, ਇਤਨੇ ਪ੍ਰਾਣਾਂ ਨਾਲ ਗਾਇਆ ਹੈ, ਇਤਨੀ ਇਕਾਗਰਤਾ ਨਾਲ ਗਾਇਆ ਹੈ, ਇਤਨੇ ਜੁੜ ਕੇ ਗਾਇਆ ਹੈ ਕਿ ਗਾਉਣਾ ਹੀ ਜਪ ਬਣ ਗਿਆ, ਗਾਉਣਾ ਹੀ ਤਪ ਬਣ ਗਿਆ, ਗਾਉਣਾ ਹੀ ਸਮਾਧੀ ਬਣ ਗਿਆ, ਗਾਉਣਾ ਹੀ ਪਰਮਾਤਮਾ ਬਣ ਗਿਆ। ਨਾਨਕ ਭਉ ਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ, ਜੋਗ ਬਣਿਆ ਤੇਰਾ ਕੀਰਤਨ ਗਾਈ। ਗਾਉਣਾ ਹੀ ਜੋਗ ਬਣ ਗਿਆ, ਗਾਉਣਾ ਹੀ ਜਪ ਬਣ ਗਿਆ, ਗਾਉਣਾ ਹੀ ਤਪ ਬਣ ਗਿਆ। ਮਰਦਾਨਿਆ ਰਬਾਬ ਛੇੜ ਬਾਣੀ ਆਈਏ, ਗਾ ਰਹੇ ਨੇ ਮਰਦਾਨਿਆ। ਹੁਣ ਕੀਰਤਨ ਸੁਣਨ ਜੀ ਕਰਦਾ ਕਰ, ਉਹ ਸੁਣਾਉਂਦਾ। ਅੱਧਾ ਘੰਟਾ ਬੋਲਿਆ ਸੀ ਗੁਰੂ ਨਾਨਕ ਦੇ ਕੀਰਤਨ ਤੇ ਬੋਲਿਆ ਸੀ, ਗੁਰੂ ਨਾਨਕ ਦੀ ਗਾਇਕੀ ਤੇ ਬੋਲਿਆ ਸੀ, ਔਰ ਫਿਰ ਅਖੀਰਲੇ ਸ਼ਬਦ ਸਨ ਉਸਦੇ, ਕਿਵੇਂ ਗਾਉਣਾ ਚਾਹੀਦਾ ਹੈ ਗੁਰੂ ਨਾਨਕ ਤੋਂ ਸਿੱਖੋ, ਕਿਵੇਂ ਗਾਇਨ ਕਰਨਾ ਚਾਹੀਦਾ ਹੈ ਗੁਰੂ ਨਾਨਕ ਤੋਂ ਸਿੱਖੋ। ਬਸ ਕਹਿੰਦੇ ਮੇਰੀ ਇਹੀ ਸਿੱਖਿਆ, ਮੇਰਾ ਇਹੀ ਕਹਿਣਾ ਤੁਹਾਨੂੰ, ਸਿੱਖੋ ਗੁਰੂ ਨਾਨਕ ਤੋਂ ਕਿਵੇਂ ਗਾਉਣਾ। ਜੋਗ ਬਣਿਆ ਤੇਰਾ ਕੀਰਤਨ ਗਾਈ, ਗਾਵੇ ਬੜੇ ਪ੍ਰਾਣਾਂ ਨਾਲ, ਲੇਕਿਨ ਮਹਾਤਮਾ ਬੁੱਧ ਨਹੀਂ ਗਾਉਂਦੇ, ਉਹ ਚੁੱਪ ਬੈਠੇ ਨੇ, ਉਹਨਾਂ ਦਾ ਢੰਗ ਹੀ ਹੋਰ ਹੈ। ਤੂੰ ਹੁਣ ਕਹਿ ਦਈਏ ਮਹਾਤਮਾ ਨਹੀਂ ਹੈ, ਇਹ ਵਕਤ ਦਾ ਅਵਤਾਰੀ ਪੁਰਸ਼ ਨਹੀਂ ਹੈ, ਨਹੀਂ, ਏਸ਼ੀਆ ਦਾ ਚਾਨਣ ਕਹਿਲਾਇਆ, ਬਹੁਤ ਸਾਰੇ ਦੇਸ਼ ਮਹਾਤਮਾ ਬੁੱਧੀ ਵਿਚਾਰਧਾਰਾ ਦੀ ਲਪੇਟ ਦੇ ਚਾਹੇ, ਚਾਈਨਾ, ਜਾਪਾਨ, ਲਾਓਸ, ਕੰਬੋਡੀਆ, ਵੈਟਨਾਮ, ਸਿੱਕਮ, ਤਿੱਬਤ, ਭੂਟਾਨ, ਲੰਕਾ, ਬਰਮਾ, ਸਿਆਮ, ਜਿਹਦਾ ਅੱਜ ਕੱਲ੍ਹ ਨਾਮ ਥਾਈਲੈਂਡ ਹੈ, ਲੇਹ ਲਦਾਖ ਔਰ ਸਾਰਾ ਅਫਗਾਨਿਸਤਾਨ, ਭਾਵੇਂ ਅੱਜ ਇਸਲਾਮ ਹੈ, ਉਸ ਵਕਤ ਸਾਰਾ ਬੁੱਧਿਸਟ ਹੋ ਗਿਆ ਸੀ। ਦੁਨੀਆਂ ਦੀ ਸਭ ਤੋਂ ਖੂਬਸੂਰਤ ਮੂਰਤੀ ਅਤੇ ਉੱਚੀ ਮੂਰਤੀ ਮਹਾਤਮਾ ਬੁੱਧ ਦੀ ਅਫਗਾਨਿਸਤਾਨ ਵਿੱਚ ਸੀ, ਦਾਸ ਨੇ ਦਰਸ਼ਨ ਕੀਤੇ ਨੇ ਉਸਦੇ ਬਾਮੀਆਂ ਵਿੱਚ। ਪਹਾੜ ਨੂੰ ਤਰਾਸ਼ ਕੇ ਬਣਾਈ ਗਈ ਸੀ, ਇਹ ਨਹੀਂ ਕਿਧਰੋਂ ਬਣਾ ਕੇ ਉੱਥੇ ਫਿੱਟ ਕੀਤੀ ਗਈ, ਐਸਾ ਨਹੀਂ ਸੀ, ਪਹਾੜ ਨੂੰ ਤਰਾਸ਼ ਕੇ ਬਣਾਈ ਗਈ, 110 ਫੁੱਟ ਉੱਚੀ, ਦੁਨੀਆਂ ਦੀ ਸਭ ਤੋਂ ਉੱਚੀ ਮੂਰਤੀ ਔਰ ਦੁਨੀਆਂ ਦੀ ਸਭ ਤੋਂ ਖੂਬਸੂਰਤ ਮੂਰਤੀ, ਪਿਛਲੇ ਦਿਨ ਹੀ ਤੋੜ ਦਿੱਤੀ ਗਈ ਹੈ, ਸ਼ਾਇਦ ਤੁਹਾਨੂੰ ਪਤਾ ਹੋਵੇ। ਤਾਲਿਬਾਨ ਦਾ ਰਾਜ ਹੈ, ਉਹਨਾਂ ਨੇ 4 ਸਾਲ ਪਹਿਲੇ ਐਲਾਨ ਕੀਤਾ ਸੀ ਤੋੜਨੀ ਹੈ। ਉਦੋਂ ਸਭ ਤੋਂ ਪਹਿਲੇ ਅਪੀਲ ਕੀਤੀ ਚਾਈਨਾ ਨੇ, ਬਹੁਤ ਖੂਬਸੂਰਤ ਮੂਰਤੀ ਨਾ ਤੋੜੋ। ਫਿਰ ਥਾਈਲੈਂਡ ਨੇ ਅਪੀਲ ਕੀਤੀ, ਭਾਰਤ ਨੇ ਕੀਤੀ, ਦੂਰ ਕਿਉਂ ਜਾ ਅਮੈਰੀਕਾ ਨੇ ਕੀਤੀ, ਇੰਗਲੈਂਡ ਨੇ ਕੀਤੀ, ਫਰਾਂਸ ਨੇ ਕੀਤੀ। ਇਹ ਦੁਨੀਆਂ ਦੀ ਬਹੁਤ ਖੂਬਸੂਰਤ ਮੂਰਤੀ ਹੈ, 20-25 ਸਾਲ ਮਿਹਨਤ ਕਰਕੇ ਬੌਧ ਭਿਕਸ਼ੂਆਂ ਨੇ ਬਣਾਈ ਹੈ, ਨਾ ਤੋੜੋ। ਉਦੋਂ ਰੁਕ ਗਏ, ਪਰ ਹੁਣ ਥੋੜ੍ਹੇ ਦਿਨ ਹੋਏ, ਉਹਨਾਂ ਨੇ ਫਿਰ ਮੀਟਿੰਗ ਕੀਤੀ ਅਤੇ ਫੈਸਲਾ ਕਰ ਦਿੱਤਾ, ਭਾਵੇਂ ਕੋਈ ਅਪੀਲ ਕਰਦਾ ਕਰੇ ਪਿਆ, ਤੋੜਨੀ ਹੈ, ਤੋੜ ਦਿੱਤੀ ਹੈ।
ਤੋਪਾਂ ਨਾਲ ਤੋੜ ਦਿੱਤੀ, ਉਹਦੇ ਟੁਕੜੇ ਟੁਕੜੇ ਕਰ ਦਿੱਤੇ। ਭਾਰਤ ਵਿੱਚ ਮੈਂ ਰੋਂਦੇ ਹੋਏ ਬਹੁਤ ਭਿਕਸ਼ੂਆਂ ਦਾ ਜਲੂਸ ਦੇਖਿਆ ਸੀ, ਰੋਂਦੇ ਹੋਏ ਨਿਕਲੇ ਜਿਸ ਦਿਨ ਉਹ ਮੂਰਤੀ ਤੋੜੀ ਗਈ, ਰੋਂਦੇ ਹੋਏ ਨਿਕਲ ਰਹੇ ਸਨ। ਚਾਂਦਨੀ ਚੌਂਕ ਦੇ ਵਿੱਚ ਉਹਨਾਂ ਦਾ ਜਲੂਸ ਨਿਕਲਿਆ ਸੀ, ਉਹਨਾਂ ਨੂੰ ਪ੍ਰੋਟੈਸਟ ਕੀਤਾ ਸੀ ਵੀ ਇਹ ਜ਼ੁਲਮ ਹੋਇਆ, ਅਨਰਥ ਹੋਇਆ, ਮੂਰਤੀ ਇਹਨਾਂ ਦਾ ਕੀ ਵਿਗਾੜ ਰਹੀ ਸੀ। ਮਹਿਰਸ ਕਰਾਂ ਸਾਰਾ ਅਫਗਾਨਿਸਤਾਨ ਮਹਾਤਮਾ ਬੁੱਧ ਦੀ ਲਪੇਟ ਵਿੱਚ ਆਇਆ। ਉਹਦਾ ਢੰਗ ਕੀ ਸੀ? ਚੁੱਪ ਬੈਠਾ ਬਸ, ਧਿਆਨ ਸਾਧਨਾ, ਅੱਖਾਂ ਮੀਟ ਕੇ। ਕੋਈ ਸੋਚ ਵੀ ਨਹੀਂ ਸਕਦਾ ਇਹ ਬੰਦਾ ਨੱਚੇਗਾ, ਮੁਰਲੀ ਵਜਾਏਗਾ, ਸਖੀਆਂ ਦੇ ਚ ਨੱਚੇਗਾ, ਸਖੀਆਂ ਦੇ ਤੇ ਤਿਆਗੀ, ਇਹ ਸਿਰ ਤੇ ਸੋਨੇ ਦਾ ਤਾਜ ਰੱਖੇਗਾ, ਇਹ ਤੇ ਸਿਰਫ ਇੱਕ ਚਾਦਰ ਲਪੇਟਦਾ, ਪੈਰਾਂ ਦੇ ਚ ਖਣਾਵਾਂ ਪਹਿਨਦਾ, ਤਾਲਮੇਲ ਹੀ ਨਹੀਂ ਬੈਠਦਾ ਕ੍ਰਿਸ਼ਨ ਨਾਲ, ਮਹਾਤਮਾ ਬੁੱਧ ਦਾ। ਕਿਸੇ ਅਵਤਾਰੀ ਪੁਰਸ਼ ਦਾ ਆਪਸ ਦੇ ਤਾਲਮੇਲ ਨਹੀਂ ਬੈਠਦਾ। ਇਹ ਵੀ ਮੈਂ ਅਰਜ਼ ਕਰਾਂ, ਦੂਰ ਕਿਉਂ ਜਾਓ, ਕ੍ਰਿਸ਼ਨ ਦਾ ਤਾਲਮੇਲ ਰਾਮ ਨਾਲ ਵੀ ਨਹੀਂ ਬੈਠਦਾ। ਮਨੁੱਖ ਸੋਚ ਵੀ ਨਹੀਂ ਸਕਦਾ, ਰਾਮ ਮੁਰਲੀ ਵਜਾ ਸਕਦਾ ਤੇ ਨੱਚ ਸਕਦਾ ਤੇ ਗਾ ਸਕਦਾ, ਉਹ ਗੰਭੀਰ ਪੁਰਸ਼ ਹੈ, ਉਹ ਹਰ ਵਕਤ ਆਪਣੇ ਆਪ ਨੂੰ ਮਰਿਆਦਾ ਚ ਰੱਖਦਾ। ਮੇਰੀ ਜ਼ਿੰਦਗੀ ਮਰਿਆਦਾ ਦੀ ਉਲੰਘਣਾ ਨਾ ਕਰ ਦੇਵੇ, ਮੈਂ ਕੋਈ ਸਮਾਜ ਦੀ ਮਰਿਆਦਾ ਨਹੀਂ ਤੋੜਨੀ। ਇਸ ਵਾਸਤੇ ਭਾਰਤ ਵਾਸੀਆਂ ਨੇ ਉਸਨੂੰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਕਹਿ ਦਿੱਤਾ। ਪਰ ਮੈਂ ਫਿਰ ਅਰਜ਼ ਕਰਾਂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਧਿਆਨ ਸਾਧਨਾ ਦਾ ਯੋਗ ਵੀ ਹੈ, ਕੀਰਤਨ ਸਾਧਨਾ ਦਾ ਯੋਗ ਵੀ ਹੈ, ਇੰਜ ਕਹਿ ਲਓ 36 ਪ੍ਰਕਾਰ ਦਾ ਪਰੋਸਿਆ ਹੋਇਆ ਥਾਲ ਭੋਜਨ ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਇੱਕ ਸਬਜ਼ੀ ਇੱਕ ਦਾਲ, ਮੈਂ ਤੋਹਿਨ ਨਹੀਂ ਕਰ ਰਿਹਾ, ਅਵਤਾਰੀ ਪੁਰਸ਼ਾਂ ਨੇ ਪੇਸ਼ ਕੀਤੀ ਹੈ, ਇੱਕ ਦਾਲ ਇੱਕ ਰੋਟੀ ਰੱਖ ਦਿੱਤੀ ਹੈ, ਖਾਓ, ਭੁੱਖ ਮਿਟ ਜਾਂਦੀ ਹੈ, ਮਿਟ ਜਾਂਦੀ ਹੈ। ਪਰ 36 ਪ੍ਰਕਾਰ ਦੇ ਭੋਜਨ ਪਰੋਸ ਕੇ ਰੱਖ ਦਿੱਤੇ, ਜਿਹੜੀ ਚੀਜ਼ ਚੰਗੀ ਲੱਗਦੀ ਹੈ ਖਾ ਲਓ। ਮੈਂ ਇੰਨਾ ਹੀ ਇਸ਼ਾਰਾ ਕਰ ਸਕਦਾ, ਜੋ ਕੁਝ ਚੰਗਾ ਲੱਗਦਾ। ਕੀਰਤਨ ਵੀ ਕਿਸੇ ਲਈ ਸਿਮਰਨ ਹੋ ਸਕਦਾ, ਕਥਾ ਵੀ ਸਿਮਰਨ ਹੈ, ਵਾਹਿਗੁਰੂ ਵਾਹਿਗੁਰੂ ਦਾ ਜਪ ਵੀ ਸਿਮਰਨ ਹੋ ਸਕਦਾ, ਲੰਬੀ ਚੌੜੀ ਬਾਣੀ ਦਾ ਪਾਠ ਵੀ ਸਿਮਰਨ ਹੋ ਸਕਦਾ। ਯਾਦ ਹੀ ਤਾਂ ਕਰਨਾ, ਸਿਮਰਨ ਦਾ ਮਤਲਬ ਕਿ ਯਾਦ, ਜਿਸ ਕੰਮ ਦੇ ਕਰਦੇ ਹਾਂ ਉਹਦੀ ਯਾਦ ਆਵੇ। ਤੇ ਹੁਣ ਮੈਂ ਅਰਜ਼ ਕਰਾਂ, ਸੇਵਾ ਵੀ ਸਿਮਰਨ ਹੋ ਸਕਦੀ ਹੈ, ਸੇਵਾ ਸਿਮਰਨ ਅਲੱਗ ਅਲੱਗ ਨਹੀਂ ਹੈ, ਇੰਜ ਵੀ ਕਹਿ ਦਿਓ। ਅਗਰ ਕੋਈ ਸੇਵਾ ਇੰਜ ਕਰ ਰਿਹਾ, ਮੈਂ ਗੁਰੂ ਨੂੰ ਛਕਾ ਰਿਹਾ, ਮੈਂ ਗੁਰੂ ਦੇ ਅੱਗੋਂ ਭਾਂਡੇ ਰੱਖ ਰਿਹਾ, ਮੈਂ ਪ੍ਰਭੂ ਦੀ ਮੂਰਤੀ ਨੂੰ ਪਾਣੀ ਪਿਲਾ ਰਿਹਾ, ਮਹਾਨ ਜਾਣ ਕੇ ਸੇਵਾ ਕਰ ਰਿਹਾ, ਰੱਬ ਜਾਣ ਕੇ ਸੇਵਾ ਕਰ ਰਿਹਾ, ਯਕੀਨ ਜਾਣ ਸੇਵਾ ਪ੍ਰਭੂ ਨਾਲ ਜੁੜ ਦੇਗੀ। ਗੱਪਾਂ ਮਾਰਦੇ ਲੰਗਰ ਦੀਆਂ ਰੋਟੀਆਂ ਬਣਾਈਆਂ ਜਾ ਰਹੀਆਂ ਨੇ ਤੇ ਕੌੜਾ ਬੋਲ ਕੇ ਲੰਗਰ ਵੰਡਿਆ ਜਾ ਰਿਹਾ, ਇਹ ਸੇਵਾ ਪੁੰਨ ਦੀ ਥਾਂ ਤੇ ਪਾਪ ਹੈ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇਹ ਸੇਵਾ ਵੀ ਸਿਮਰਨ ਹੈ। ਮੈਂ ਭੁੱਲਦਾ ਨਹੀਂ, ਜਿੱਥੇ ਗੁਰਦੁਆਰਾ ਓਂਕਾਰੇਸ਼ਵਰ ਹੈ, ਹੁਣ ਤਾਂ ਉਹ ਸਾਧੂ ਨਹੀਂ ਰਿਹਾ, ਉਹ ਹਰ ਇੱਕ ਨੂੰ ਭਗਵਾਨ ਕਰਕੇ ਬੁਲਾਉਂਦਾ ਸੀ, ਆਓ ਭਗਵਾਨ ਬੈਠੋ।
ਮੈਂ ਦੇਖਿਆ ਸਿਰਫ ਉਹਦਾ ਇਹ ਤਕੀਆ ਕਲਾਮ ਹੀ ਨਹੀਂ ਸੀ ਕਿ ਹਰ ਇੱਕ ਨੂੰ ਭਗਵਾਨ ਕਹਿਣਾ, ਹਰ ਇੱਕ ਨੂੰ ਭਗਵਾਨ ਜਾਣ ਕੇ ਹੀ ਗੱਲ ਕਰਦਾ ਸੀ, ਭਗਵਾਨ ਜਾਣ ਕੇ ਹਰ ਇੱਕ ਨੂੰ ਗੱਲ ਕਰਦਾ ਸੀ। ਆਓ ਭਗਵਾਨ ਬੈਠੋ, ਭਲੇ ਦਿਨ ਸਾਏ, ਭਗਵਾਨ ਆਪ ਕੇ ਦਰਸ਼ਨ ਹੋਏ, ਹਰ ਇੱਕ ਨੂੰ ਭਗਵਾਨ ਕਹੀ ਜਾਣਾ। ਗੁਰੂ ਜਾਣ ਕੇ ਪੰਗਤ ਦੇ ਜੋ ਲੰਗਰ ਵੰਡ ਰਿਹਾ ਇਹ ਸੇਵਾ ਭਾਗ ਲਾਏਗੀ, ਗੁਰੂ ਜਾਣ ਕੇ ਜੋ ਲੰਗਰ ਬਣਾ ਰਿਹਾ ਇਹ ਸੇਵਾ ਭਾਗ ਲਾਏਗੀ। ਇਹ ਵੀ ਮੈਂ ਅਰਜ਼ ਕਰਾਂ, ਇਹ ਸੇਵਾ ਹੀ ਸਿਮਰਨ ਹੈ, ਦੂਰ ਜਾਣ ਦੀ ਕੀ ਲੋੜ ਹੈ? ਕੋਈ ਢੰਗ ਨਹੀਂ ਹੈ ਸਿਮਰਨ ਦਾ, ਕੋਈ ਢੰਗ ਨਹੀਂ ਹੈ, ਕੋਈ ਢੰਗ ਨਹੀਂ ਹੈ ਭੋਜਨ ਖਾਣ ਦਾ। ਲੇਕਿਨ ਫਿਰ ਵੀ ਇੱਕ ਢੰਗ ਹੈ, ਹੁਣ ਦੂਜੀ ਗੱਲ ਸੁਣ ਲਓ, ਭੋਜਨ ਦੀ ਬੁਰਕੀ ਕੰਨ ਦੇ 'ਚ ਨਹੀਂ ਪਾਣੀ, ਅੱਖ ਦੇ 'ਚ ਨਹੀਂ ਪਾਣੀ, ਮੂੰਹ ਦੇ 'ਚ ਪਾਣੀ। ਮੈਂ ਫਿਰ ਦਲੀਲ ਰੱਖਦੇ ਹਾਂ, 36 ਪ੍ਰਕਾਰ ਦਾ ਭੋਜਨ ਕਿਸੇ ਦੇ ਅੱਗੋਂ ਰੱਖੀਏ ਤੇ ਅਗਲਾ ਕਹੇ ਢੰਗ ਦੱਸੋ ਇਹਨੂੰ ਭੁੱਖ ਨਹੀਂ ਲੱਗੀ, ਕੋਈ ਢੰਗ ਨਹੀਂ, ਫਿਰ ਵੀ ਢੰਗ ਹੈ ਭੋਜਨ ਦੀ ਬੁਰਕੀ ਨੱਕ ਦੇ 'ਚ ਨਹੀਂ ਪਾਣੀ, ਅੱਖ ਦੇ 'ਚ ਨਹੀਂ ਪਾਣੀ, ਕੰਨ ਦੇ 'ਚ ਨਹੀਂ ਪਾਣੀ, ਮੂੰਹ ਦੇ 'ਚ ਪਾਣੀ ਹੈ। ਫਿਰ ਵੀ ਜਪ ਦਾ ਢੰਗ ਹੈ, ਰਸਨਾ ਨਾਮ ਜਪੋ ਤਬ ਮਥੀਏ ਇਨ ਬਿਧ ਅੰਮ੍ਰਿਤ ਪਾਓ। ਜਪਣਾ ਤੇ ਰਸਨਾ ਨਾਲ ਹੈ, ਜ਼ਬਾਨ ਨੇ ਜਪਣਾ। ਹੁਣ ਮੈਂ ਇਹ ਅਰਜ਼ ਕਰਾਂ, ਜ਼ਬਾਨ 'ਚੋਂ ਜਿਹੜਾ ਅੱਖਰ ਨਿਕਲੇ, ਬੋਲ ਨਿਕਲੇ, ਧੁਨ ਨਿਕਲੇ, ਮਨ ਉਸ ਨੂੰ ਸੁਣੇ, ਇਹਨੂੰ ਜਪ ਕਹਿੰਦੇ ਨੇ। ਇਹ ਜਪ ਸਾਰੀ ਬਾਣੀ ਦਾ ਵੀ ਹੋ ਸਕਦਾ ਹੈ, ਇੱਕ ਅੱਖਰ ਦਾ ਵੀ ਹੋ ਸਕਦਾ। ਸਾਰੀ ਬਾਣੀ ਵੀ ਸਿਮਰਨ ਇਸ ਚੱਕਰ 'ਚ ਨਾ ਪੈਣਾ ਕਿਧਰੇ, ਇਹ ਜੀ ਬਾਣੀ ਦਾ ਪਾਠ ਪਿਆ ਕਰਦਾ ਜੀ, ਜਪ ਕਰਦਾ ਹੀ ਨਹੀਂ ਪਿਆ, ਇਸ ਚੱਕਰ 'ਚ ਨਾ ਪੈਣਾ, ਸਭ ਸਿਮਰਨ ਹੈ। ਪਰ ਕਦੋਂ ਸਿਮਰਨ ਹੈ? ਜਦ ਜਪ ਹੋਵੇ, ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ, ਇਹ ਤਾਂ ਹੋ ਸਕਦਾ ਬਾਣੀ ਕੰਠ ਹੋਵੇ, ਹੋ ਨਹੀਂ ਸਕਦਾ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਗੁਰਬਾਣੀ ਪੜ੍ਹਨ ਵਾਲੇ ਸੁਣਨ ਵਾਲੇ ਤੇ ਬਹੁਤ ਆਉਣਗੇ, ਜਪੇਗਾ ਤੇ ਉਹ ਬਾਣੀ ਕੰਠ ਹੋਏ ਨੇ ਤੇ ਨਹੀਂ ਜਪ ਸਕਦਾ, ਮੁਸ਼ਕਿਲ ਹੈ। ਜਪਣ ਵਾਸਤੇ ਰਸਨਾ ਉਚਾਰਨ ਕਰੇ, ਮਨ ਸੁਣੇ, ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਉਂਝ ਪੜ੍ਹਨ ਦੀ ਵੀ ਬੇਨ ਮੈਂ, ਗਾਵੋ ਪੜ੍ਹੋ ਸੁਣੋ ਤੁਮ ਬਾਈ ਗੁਰਪੂਰੇ ਤੂੰ ਰਾਖਿਆ, ਗਾਓ ਪੜ੍ਹੋ ਸੁਣੋ। ਲੇਕਿਨ ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਹੁਣ ਜਪਣ ਵਾਸਤੇ ਤੇ ਕੰਠ ਚਾਹੀਦੀ, ਉਂਝ ਨਹੀਂ ਜਪੀ ਜਾ ਸਕਦੀ। ਜੇ ਕੋਈ ਇਸ ਤਰ੍ਹਾਂ ਦੀ ਤਰਕ ਕਰੇ, ਮੈਂ ਪੰਜਾਬੀ ਨਹੀਂ ਜਾਣਦਾ, ਮੈਨੂੰ ਤਾਂ ਕਈ ਦਫ਼ਾ ਹੈਰਾਨ, ਮੈਂ ਇੱਕ ਕਰਾਮਾਤ ਹੀ ਦਿਸਦੀ ਹੈ, ਇਹ ਬੀਬੀ ਜਿਹਨੇ 6 ਮਹੀਨੇ ਪਹਿਲੇ ਕਿਧਰੇ ਅੰਮ੍ਰਿਤ ਪਾਨ ਕੀਤਾ, ਪਰ ਮੈਨੂੰ ਹੈਰਾਨਗੀ ਹੈ, ਇਹਨੇ 2 ਮਹੀਨੇ 'ਚ ਪੰਜਾਬੀ ਸਿੱਖ ਲਈ ਅਤੇ 4 ਮਹੀਨਿਆਂ 'ਚ ਖੁੱਲ੍ਹੇ ਪਾਠ ਦਾ ਭੋਗ ਪਾ ਛੱਡਿਆ ਗੁਰੂ ਗ੍ਰੰਥ ਸਾਹਿਬ ਦਾ। ਸੰਸਕ੍ਰਿਤੀ ਸਲੋਕ ਅਤੇ ਜੈਦੇਵ ਦਾ ਪਦਾ ਸ਼ੁੱਧ ਨਹੀਂ ਪੜ੍ਹਦੀ ਸੀ, ਉਹ ਗਿਆਨੀ ਬਵਿੰਦਰ ਸਿੰਘ ਜੀ ਨੇ ਸ਼ੁੱਧ ਕਰਾ ਦਿੱਤਾ ਰੋਜ਼ ਮਿਹਨਤ ਕਰਕੇ। ਹੁਣ ਕਰਾਮਾਤ ਨਹੀਂ ਤੇ ਹੋਰ ਕੀ, ਜਿਹਦੀ ਮਾਦਰੀ ਜ਼ਬਾਨ ਵੀ ਇਹ ਨਹੀਂ ਹੈ। ਤੇ ਹੁਣ ਸਿੱਖ ਜਾਂ ਸਿੱਖਾਂ ਦੇ ਬੱਚੇ ਬਹਾਨੇਬਾਜ਼ੀ ਕਰਨ, ਇਹ ਤੇ ਬਹਾਨੇਬਾਜ਼ੀ ਔਰ ਕੁਛ ਵੀ ਨਹੀਂ ਹੈ। ਇਹਨੇ 6 ਮਹੀਨੇ 'ਚ ਪੰਜਾਬੀ ਸਿੱਖ ਲਈ, ਪੜ੍ਹਦੀ ਬੜੀ ਸੋਹਣੀ ਹੈ।
ਹੈ ਦਰਬਾਰ ਸਾਹਿਬ ਦੇ ਜਿਨ੍ਹਾਂ ਨੂੰ ਅਖੰਡ ਪਾਠ ਵੀ ਰੱਖਿਆ ਜਾਂਦਾ ਉਹਨਾਂ ਕੋਲ ਜੈਦੇਵ ਦਾ ਪਦਾ ਸੁਣਦੇ ਨੇ ਪਹਿਲੇ ਸੁਣਾਓ ਇਹਨੇ ਤੁਹਾਨੂੰ ਪੜ੍ਹ ਕੇ ਸੁਣਾ ਦਿੱਤਾ ਕਠਿਨ ਹੈ ਔਖਾ ਹੈ ਅਤੇ ਜੇ 6 ਮਹੀਨੇ 'ਚ ਪੰਜਾਬੀ ਵੀ ਪੜ੍ਹ ਸਕਦੀ ਹੈ ਅਤੇ ਜੈਦੇਵ ਦਾ ਪਦਾ ਵੀ ਤੁਹਾਨੂੰ ਸੁਣਾ ਸਕਦੀ ਹੈ ਸੰਸਕ੍ਰਿਤੀ ਸਲੋਕ ਵੀ ਸੁਣਾ ਸਕਦੀ ਹੈ ਅਤੇ ਫਿਰ ਗੁਰਸਿੱਖ ਸਿੱਖ ਘਰਾਣੇ ਦਾ ਪੰਜਾਬ 'ਚੋਂ ਆਇਆ ਹੋਵੇ ਪੰਜਾਬੀ ਨਹੀਂ ਜਾਣਦਾ ਇਹਦਾ ਮਤਲਬ ਹੈ ਧਨ ਦੀ ਇਤਨੀ ਪ੍ਰਬਲ ਭੁੱਖ ਹੈ ਅਜੇ ਧਰਮ ਦੀ ਭੁੱਖ ਪੈਦਾ ਹੀ ਨਹੀਂ ਹੋਈ ਨਹੀਂ ਹੋਈ ਜਿਹਦੀ ਭੁੱਖ ਹੋਵੇ ਉਸ ਵਾਸਤੇ ਮਨੁੱਖ ਯਤਨ ਕਰਦਾ ਹੈ ਪਦਾਰਥਾਂ ਦੀ ਇਤਨੀ ਪ੍ਰਬਲ ਭੁੱਖ ਹੈ ਪਰਮਾਤਮਾ ਦੀ ਭੁੱਖ ਹੀ ਕੋਈ ਨਹੀਂ ਜਿਹਦੀ ਭੁੱਖ ਨਹੀਂ ਤਾਂ ਉਹਦੇ ਵਾਸਤੇ ਕੀ ਉਦਮ ਕੀਤਾ ਜਾਏ ਚਲੋ ਇੱਕ ਤਰਕ ਨਹੀਂ ਆਉਂਦੀ ਪੰਜਾਬੀ ਜਾਂ ਬਿਲਕੁਲ ਅਨਪੜ੍ਹ ਹਾਂ ਕਦੀ ਸਕੂਲ ਨਹੀਂ ਦੇਖਿਆ ਫਿਰ ਕੀ ਕਰੀਏ ਇਹਦੇ ਬਾਰੇ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਸੁਣ ਲੈਣਾ ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ ਜਿਹੜਾ ਪੜ੍ਹਾ ਲਿਖਾ ਬ੍ਰਾਹਮਣ ਹੁੰਦਾ ਉਹਨੂੰ ਕਹਿੰਦੇ ਨੇ ਚਤੁਰਵੇਦੀ ਤ੍ਰਿਵੇਦੀ ਦੁਵੇਦੀ ਖੜ ਸ਼ਾਸਤਰੀ ਅਨਪੜ੍ਹ ਉਹਨੂੰ ਬਨਾਰਸ ਕਹਿੰਦੇ ਨੇ ਓਮੀ ਬਸ ਓਮ ਓਮ ਜਪ ਸਕਦਾ ਹੋਰ ਕੁਛ ਨਹੀਂ ਹਰੀ ਓਮ ਬਸ ਇੰਨਾ ਹੀ ਕਰ ਸਕਦਾ ਹੋਰ ਕੁਛ ਵੀ ਨਹੀਂ ਓਮੀ ਤੋਂ ਮੁਰਾਦ ਆਉਂਦਾ ਹੈ ਅਨਪੜ੍ਹ ਬ੍ਰਾਹਮਣ ਅਨਪੜ੍ਹ ਇਹ ਅਨਪੜ੍ਹ ਨੂੰ ਬੁਲਾਉਣ ਦਾ ਢੰਗ ਹੈ ਅਗਰ ਬ੍ਰਾਹਮਣ ਹੋ ਕੇ ਅਨਪੜ੍ਹ ਹੈ ਸੰਸਕ੍ਰਿਤ ਨਹੀਂ ਪੜ੍ਹੀ ਸ਼ਾਸਤਰ ਨਹੀਂ ਪੜ੍ਹੇ ਉਪਨਿਸ਼ਦਾਂ ਨਹੀਂ ਪੜ੍ਹੀਆਂ ਵੇਦ ਨਹੀਂ ਪੜ੍ਹੇ ਉਹਨੂੰ ਬੁਲਾਉਣ ਦਾ ਢੰਗ ਹੈ ਓਮੀ ਇਹ ਸਿਰਫ ਹਰੀ ਓਮ ਜਪ ਸਕਦਾ ਬਾਕੀ ਕੁਛ ਵੀ ਨਹੀਂ ਹੁਣ ਸਤਿਗੁਰੂ ਕਹਿੰਦੇ ਨੇ ਪੜ੍ਹਿਆ ਹੋਵੇ ਗੁਨਾਹਗਾਰ ਚਾਰ ਵੇਦ ਵੀ ਪੜ੍ਹਾ ਲਿਖਾ ਹੈ 108 ਉਪਨਿਸ਼ਦਾਂ ਵੀ ਪੜ੍ਹ ਲਈਆਂ ਨੇ 27 ਸਿਮਰਤੀਆਂ ਵੀ ਪੜ੍ਹ ਲਈਆਂ ਨੇ 18 ਪੁਰਾਣ ਵੀ ਪੜ੍ਹ ਲਏ ਨੇ 6 ਸ਼ਾਸਤਰ ਵੀ ਪੜ੍ਹ ਲਏ ਨੇ ਪਰ ਗੁਨਾਹ ਕਰਦਾ ਹੈ ਪਾਪ ਕਰਦਾ ਹੈ ਬੁਰਾ ਸੋਚਦਾ ਅੰਦਰੋਂ ਬੁਰੇ ਵਿਚਾਰ ਗਏ ਨਹੀਂ ਐਸੇ ਪੜ੍ਹੇ ਲਿਖੇ ਨਾਲੋਂ ਉਹ ਅਨਪੜ੍ਹ ਓਵੇਂ ਚੰਗਾ ਹੈ ਉਹਨੂੰ ਮਾਰ ਨਹੀਂ ਪਏਗੀ ਓਮ ਓਮ ਜਪ ਕੇ ਜਿਹਨੇ ਆਪਣੇ ਵਿਚਾਰ ਨਿਰਮਲ ਕਰ ਰਹੇ ਨੇ ਓਮ ਓਮ ਜਪ ਕੇ ਜਿਹਨੇ ਆਪਣਾ ਹਿਰਦਾ ਸ਼ੁੱਧ ਕਰ ਲਿਆ ਓਮ ਓਮ ਜਪ ਕੇ ਜਿਸ ਨੇ ਆਪਣੀ ਭਾਵਨਾ ਸ਼ੁੱਧ ਕਰ ਲਈ ਹੈ ਸਤਿਗੁਰ ਕਹਿੰਦੇ ਨੇ ਇਹਨੂੰ ਮਾਰ ਨਹੀਂ ਪਏਗੀ ਇਹ ਬਖਸ਼ਿਆ ਜਾਏਗਾ ਇਹ ਮੁਕਤ ਹੋ ਗਿਆ ਪੜਿਆ ਹੋਵੇ ਗੁਨਾਹਗਾਰ ਤਾਉਮੀ ਸਾਧਨਾ ਵਾਰੀਏ ਬਾਣੀ ਤੈਨੂੰ ਕੰਠ ਨਹੀਂ ਵਾਹਿਗੁਰੂ ਤੇ ਕੰਠ ਹੈ ਨਾ ਇੰਨਾ ਤੇ ਹੋ ਸਕਦਾ ਅਤੇ ਜੇ ਇੰਨਾ ਹੀ ਨਹੀਂ ਤਾਂ ਫਿਰ ਕਹਿਣਾ ਪਏਗਾ ਗੂੰਗਾ ਫਿਰ ਰਸਨਾ ਬੋਲਦੀ ਨਹੀਂ ਤੇਰੀ ਇੰਨਾ ਤਾਂ ਕਹਿ ਸਕਦਾ ਇਹ ਵੀ ਇੱਕ ਢੰਗ ਹੈ ਇੱਕ ਅੱਖਰ ਦਾ ਕੀਰਤਨ ਹੁਣ ਤੁਸੀਂ ਆਖੋ ਇੱਕ ਅੱਖਰ ਉਚਾਰਨ ਕਿਵੇਂ ਕਰਨਾ ਕੀ ਉਚਾਰਨ ਕਰਨਾ ਕੁਛ ਵੀ ਨਹੀਂ ਸਤਿਗੁਰ ਨੇ ਮੈਂ ਫਿਰ ਅਰਜ਼ ਕਰਦੇ ਹਾਂ ਰੋਟੀ ਖਾਣ ਦਾ ਕੋਈ ਢੰਗ ਨਹੀਂ ਫਿਰ ਵੀ ਢੰਗ ਹੈ ਅਗਰ ਕੋਈ ਢੰਗ ਪੁੱਛਦਾ ਹੈ ਤਾਂ ਭੁੱਖਾ ਨਹੀਂ ਹੈ ਫਿਰ ਵੀ ਇੱਕ ਢੰਗ ਹੈ ਭੋਜਨ ਦੀ ਬੁਰਕੀ ਮੂੰਹ 'ਚ ਪਾਣੀ ਪਏਗੀ ਸਿਮਰਨ ਦਾ ਕੋਈ ਢੰਗ ਨਹੀਂ ਹੈ ਜਪ ਦਾ ਕੋਈ ਢੰਗ ਨਹੀਂ ਹੈ ਫਿਰ ਵੀ ਇੱਕ ਢੰਗ ਹੈ ਇਹ ਅੱਖਰ ਇਹ ਇੱਕ ਸ਼ਬਦ ਉਤਨੀ ਦੇਰ ਵਿੱਚ ਪੂਰਾ ਉਚਾਰਨ ਹੋ ਜਾਏ
ਜਿਤਨੀ ਦੇਰ ਲੱਗਦੀ ਹੈ ਇੱਕਦਮ ਨੂੰ, ਇੱਕਦਮ ਨੂੰ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦੂਸਰਾ ਭਾਈ ਸਾਹਿਬ ਭਾਈ ਨੰਦ ਲਾਲ ਅਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੀ ਬੋਲ, ਲਭਾ ਲੱਭੇ ਕੁੰ ਦੰਬ ਦਮ ਨੋਸ਼ਕੁਨ ਗਮੇ ਹਰ ਦੁਆਲਮ ਫਰਾਮੋਸ਼ਕੁਨ। ਭਾਵੇਂ ਜ਼ਫਰਨਾਮੇ ਦੇ ਬੋਲਣੇ, ਐ ਔਰੰਗਜ਼ੇਬ ਤੇਰੇ ਦਮਾਂ ਦੇ ਪਿਆਲੇ ਖਾਲੀ ਨੇ, ਕੁਛ ਵੀ ਨਹੀਂ ਹੈ, ਇਹਨਾਂ ਪਿਆਲਿਆਂ ਨੂੰ ਭਰ ਲੇ ਖੁਦਾ ਦੇ ਨਾਮ ਨਾਲ, ਅੱਲਾਹੋ ਅੱਲਾਹੋ ਜਪਿਆ ਕਰ। ਨਿਰਵੈਰ ਹਿਰਦਾ ਸਾਰਿਆਂ ਨੂੰ ਇੱਕੋ ਹੀ ਸਲਾਹ ਦਿੰਦਾ, ਲਵਾ ਲੱਭੇ ਕੁੰ ਦੰਬ ਦਮਨੋਸ਼ਕੁਨ ਗਮੇ ਹਰ ਦੋ ਆਲਮ ਫਰਾਮੋਸ਼ਕੁਨ। ਦੋ ਜਹਾਨਾਂ ਦੇ ਗਮ ਜੇ ਤੂੰ ਦੂਰ ਕਰਨੇ ਨੇ, ਮਿਟਾਉਣੇ ਨੇ, ਦਮਾਂ ਦੇ ਪਿਆਲਿਆਂ ਦੇ ਖੁਦਾ ਦਾ ਨਾਮ ਭਰ ਲੈ, ਤੇਰੇ ਪਿਆਲੇ ਖਾਲੀ ਨੇ, ਖੜਕਦੇ ਪਏ। ਜਿਨ੍ਹਾਂ ਦੇ ਦਮਾਂ ਦੇ ਕੁਛ ਨਹੀਂ ਆਉਂਦਾ ਉਹੀ ਰੋਲਾ ਰੱਪਾ ਬਹੁਤ ਪਾਉਂਦੇ ਨੇ, ਇਹ ਵੀ ਮੈਂ ਅਰਜ਼ ਕਰਾਂ। ਧਾਰਮਿਕ ਝਗੜੇ ਵੀ ਉਹੀ ਕਰਦੇ ਨੇ ਜਿਨ੍ਹਾਂ ਦੇ ਦਮਾਂ 'ਚ ਕੱਖ ਵੀ ਕੋਈ ਨਹੀਂ, ਕੁਛ ਵੀ ਨਹੀਂ। ਚਾਹੇ ਇਸਲਾਮੀ ਜਗਤ ਦੇ ਝਗੜੇ ਹੋਵਣ ਇਹ ਮਜ਼ਹਬ ਦੇ ਨਾਂ 'ਤੇ, ਚਾਹੇ ਸਿੱਖ ਜਗਤ ਦੇ 'ਚ ਹੋਵਣ, ਚਾਹੇ ਹਿੰਦੂ ਜਗਤ ਦੇ 'ਚ ਹੋਵਣ, ਧਰਮ ਦੇ ਨਾਂ 'ਤੇ ਉਹੀ ਝਗੜਦੇ ਨੇ ਜਿਨ੍ਹਾਂ ਦੇ ਦਮਾਂ 'ਚ ਕੱਖ ਵੀ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ। ਖਾਲੀ ਪਿਆਲੇ ਨੇ, ਖੜਕਦੇ ਨੇ, ਖੜਕਦੇ ਨੇ। ਅਗਰ ਇਹ ਭਰੇ ਹੋ, ਪਤਾ ਭਗਤ ਕਬੀਰ ਵੀ ਕਹਿੰਦੇ ਨੇ, ਕਹੋ ਕਬੀਰ ਛੂਚਾ ਘਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਥੋੜ੍ਹੇ ਜਿਹਾ ਦੋ ਘੁੱਟ ਕਿਧਰੇ ਹੈਗੇ ਨੇ ਕੜੇ ਦੇ ਪਾਣੀ ਦੇ, ਅਤੇ ਉਹ ਛਣਕਦਾ ਜ਼ਿਆਦਾ ਚੱਲਦੇ ਆ ਆਵਾਜ਼ ਆਉਂਦੀ ਹੈ, ਪਰ ਭਰਿਆ ਹੋਵੇ ਆਵਾਜ਼ ਕੋਈ ਨਹੀਂ, ਖਾਮੋਸ਼, ਉਹ ਤਾਂ ਚੁੱਪ ਹੋ ਜਾਂਦੇ ਨੇ, ਖਾਮੋਸ਼ ਹੋ ਜਾਂਦੇ ਨੇ, ਉਹ ਡੋਲਦੇ ਨਹੀਂ, ਖੜਕਦੇ ਨਹੀਂ, ਟਕਰਾਉਂਦੇ ਨਹੀਂ। ਜਿੱਥੇ ਕਿਧਰੇ ਟਕਰਾਓ ਵਾਲੀ ਗੱਲ ਹੋਵੇ ਹੱਥ ਜੋੜ ਦੇਣਗੇ, ਇਹ ਵੀ ਮੈਂ ਅਰਜ਼ ਕਰਦੇ ਹਾਂ, ਔਰ ਸਮਦ੍ਰਿਸ਼ਟ ਵੀ ਹੋ ਜਾਣਗੇ, ਵਿਤਕਰਾ ਵੀ ਨਹੀਂ ਰਹੇਗਾ। ਮੈਂ ਤਾਂ ਪੜ੍ਹ ਕੇ ਹੈਰਾਨ ਹੋਇਆ ਇੱਕ ਮੁਸਲਮਾਨ ਨੂੰ, ਹਾਫਿਜ਼ ਨੂੰ, ਈਰਾਨ ਦਾ ਇੱਕ ਸੂਫੀ ਸੰਤ ਹੈ, ਕਹਿੰਦਾ ਹਾਫਿਜ਼ਾ ਗਰ ਵਸਲ ਖਵਾਹੀ ਸੁਲਾ ਕੁਨਬਾ ਖਾਸੋ ਆਮ। ਰੱਬ ਦਾ ਮਿਲਾਪ ਚਾਹੁੰਦਾ, ਖੁਦਾ ਦਾ ਵਸਲ ਚਾਹੁੰਦਾ, ਕਰ ਲੈ ਸੁਲਾ ਸਾਰਿਆਂ ਨਾਲ, ਹਰ ਇੱਕ ਨਾਲ ਸੁਲਾ ਕਰ ਲੈ। ਬਾ ਮੁਸਲਮਾ ਅੱਲਾ ਅੱਲਾ ਬਾ ਹਨੂਦਾ ਰਾਮ ਰਾਮ। ਜੇ ਰਸਤੇ 'ਚ ਕੋਈ ਮੁਸਲਮਾਨ ਮਿਲ ਜਾਈ, ਸਲਾਮ ਅਲੈਕਮ ਕਰ ਛੱਡੀ, ਅੱਲਾਹੂ ਕਰ ਛੱਡੀ, ਹਿੰਦੂ ਮਿਲ ਗਏ ਰਾਮ ਰਾਮ ਕਰ ਛੱਡੀ, ਹੱਦ ਹੋ ਗਈ ਮੁਸਲਮਾਨ। ਅਤੇ ਮੁਸਲਮਾਨ ਤਾਂ ਇਹ ਕਹਿੰਦੇ ਨੇ ਜਿਹੜਾ ਇਸਲਾਮ ਦੇ ਝੰਡੇ ਥੱਲੇ ਨਹੀਂ ਆਇਆ ਕਾਫਰ ਹੈ, ਇਹ ਨਹੀਂ ਕਹਿੰਦਾ। ਵਿਤਕਰਿਆਂ ਦੇ 'ਚ ਜੀਣ ਵਾਲਾ ਅਜੇ ਮਨੁੱਖ ਜਪ ਦੀ ਮੰਜ਼ਿਲ ਨੂੰ ਨਹੀਂ ਛੂ ਸਕਿਆ, ਇਹ ਵੀ ਮੈਂ ਅਰਜ਼ ਕਰਾਂ। ਇਹ ਵਿਤਕਰੇ ਨਹੀਂ ਰਹਿੰਦੇ, ਇਹ ਮਿਟ ਜਾਂਦੇ ਨੇ। ਭਜਨ ਵਿਆਪਕ ਵੀ ਹੋ ਸਕਦਾ ਸਮੂਹਕ, ਇਹ ਕਥਾ ਕੀਰਤਨ ਔਰ ਵਾਹਿਗੁਰੂ ਮੰਤਰ ਦਾ ਜਪ ਸਮੂਹਕ ਵੀ ਹੋ ਸਕਦਾ, ਪਰ ਵਿਅਕਤੀਗਤ ਵੀ ਹੋ ਸਕਦਾ, ਔਰ ਵਿਅਕਤੀਗਤ ਲਾਜ਼ਮੀ ਹੈ। ਜਪਣਾ ਸੀ ਦੁਸ਼ਟ ਦਮਨ ਨੂੰ, ਹੇਮਕੁੰਡ ਚਲੇਗਾ, ਇਕੱਲੇ ਕੋਈ ਵੀ ਨਹੀਂ।
ਜਪਣਾ ਸੀ ਪਾਂਡਵਾਂ ਨੂੰ, ਉੱਧਰ ਹੀ ਚਲੇ ਗਏ। ਜਿਹੜਾ ਉੱਤਰਾਖੰਡ ਦਾ ਪਹਾੜ ਹੈ, ਭਾਰਤ ਦੇ ਕਰੀਬਨ ਕਰੀਬਨ 90% ਰਿਸ਼ੀ ਮੁਨੀ ਉੱਥੇ ਹੀ ਜਪ ਤਪ ਕਰਦੇ ਰਹੇ ਔਰ ਕੱਲੇ ਆਏ। ਇਹ ਕੱਲ ਚਾਹੀਦੀ ਹੈ। ਇੱਕ ਤਾਂ ਇਹ ਕੱਲ ਵਿੱਚ ਮਨੁੱਖ ਦਾ ਆਪਣਾ ਮਨ ਪੂਰਾ ਸਾਹਮਣੇ ਆ ਜਾਂਦਾ ਹੈ। ਅਗਰ ਉਹ ਦੇਖਣ ਵਾਲਾ ਹੋਵੇ, ਕੋਈ ਜਪ ਦੀ ਤੜਪ ਰੱਖਣ ਵਾਲਾ, ਤਾਂ ਪਤਾ ਵੀ ਚੱਲੇਗਾ। ਲੋਕ ਸਤਸੰਗੀ ਕਹਿੰਦੇ ਨੇ ਅੰਦਰ, ਤਾਂ ਬੜਾ ਕੁਸੰਗ ਚੱਲਦਾ। ਲੋਕ ਤਾਂ ਕਹਿੰਦੇ ਨੇ ਬੜਾ ਦਾਨੀ, ਅੰਦਰ ਤਾਂ ਬੜੀ ਬੇਈਮਾਨੀ ਚੱਲਦੀ। ਲੋਕ ਆਪਣਾ ਮਨ ਕਿੱਥੇ ਦੇਖਦੇ ਨੇ, ਕੌਣ ਦੇਖਦੇ ਨੇ? ਇਕਾਂਤ ਦੀ ਇਸ ਵਾਸਤੇ ਲੋੜ ਹੈ, ਦੂਜਿਆਂ ਨੂੰ ਛੱਡ ਆਪਣੇ ਆਪ ਨੂੰ ਵੇਖ। ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖ। ਫਿਰ ਅੰਦਰ ਜੋ ਇਹ ਸਾਰਾ ਅਨਰਥ ਦਿਖਾਈ ਦਿੰਦਾ ਹੈ, ਹੁਣ ਇਹਨੂੰ ਦੂਰ ਕਿਵੇਂ ਕਰੀਏ? ਅਸ਼ੁੱਧ ਵਿਚਾਰ ਸ਼ੁੱਧ ਵਿਚਾਰਾਂ ਨਾਲ ਹੀ ਦੂਰ ਹੋਣਗੇ। ਚੰਗੇ ਵਿਚਾਰ ਮਨ ਦੀ ਸ਼ੁੱਧੀ ਹੈ, ਚੰਗੀ ਸੋਚਣੀ ਮਨ ਦੀ ਸ਼ੁੱਧੀ ਹੈ। ਇਸ ਵਾਸਤੇ ਇਕਾਂਤ ਲਾਜ਼ਮੀ ਹੈ। ਭਾਈ ਗੁਰਦਾਸ ਜੀ ਨੇ ਇੱਕ ਦਲੀਲ ਦਿੱਤੀ ਹੈ, ਮੈਂ ਦੇਂਦਾ ਨਹੀਂ ਹੁੰਦਾ, ਪਰ ਸਾਹਮਣੇ ਆ ਗਈ ਹੈ। ਪੁੱਤ ਜੜੇ ਵਣ ਕੋਠੜੀ ਕੁੜਾਵਾ ਮਾਣਾ ਸੰਭਾਹੋ ਜਾਣਾ। ਇੱਕ ਇਸਤਰੀ ਨੇ ਆਪਣੇ ਤਨ ਵਿੱਚੋਂ ਕਿਸੇ ਹੋਰ ਧਨ ਨੂੰ ਜਨਮ ਦੇਣਾ, ਸੜਕ 'ਤੇ ਨਹੀਂ ਦੇਂਦੀ। ਪੁੱਤ ਜਣੇ ਵਣ ਕੋਠੜੀ, ਭਾਈ ਗੁਰਦਾਸ ਜੀ ਦੀ ਵਾਰ ਹੈ। ਇੱਕ ਜੀਵਨ ਵਿੱਚੋਂ ਕਿਸੇ ਦੂਸਰੇ ਜੀਵਨ ਨੂੰ ਜਨਮ ਦੇਣਾ, ਸਰੇਆਮ ਨਹੀਂ, ਬਾਜ਼ਾਰ ਵਿੱਚ ਨਹੀਂ, ਇਕੱਠ ਵਿੱਚ ਨਹੀਂ, ਇਕਾਂਤ ਵਿੱਚ। ਪੁਰਾਣੇ ਜ਼ਮਾਨੇ 'ਚ ਕੋਈ ਹੋਈ ਤਾਂ ਇੱਕ ਅਦਦਾਈ ਹੋਈ, ਅੱਜ ਕੱਲ੍ਹ ਹੋਈ ਤਾਂ ਕੋਈ ਇੱਕ ਅੱਧ, ਚਲੋ ਲੇਡੀ ਡਾਕਟਰ ਹੋ ਗਈ, ਨਰਸ ਹੋ ਗਈ। ਅਕਸਰ ਦਿਹਾਤ ਦੇ ਉੱਤੇ ਇਹ ਵੀ ਨਹੀਂ ਆਉਂਦਾ। ਆਪਣੇ ਹੀ ਮਨ ਦੇ ਚੋਂ ਪਰਮਾਤਮਾ ਨੂੰ ਜਨਮ ਦੇਣਾ, ਦੂਜੇ ਦਾ ਹੋਣਾ ਵਿਘਨਕਾਰੀ ਵੀ ਹੋ ਸਕਦਾ, ਸੰਕੋਚ ਪੈਦਾ ਕਰ ਦੇਗਾ। ਜਿਵੇਂ ਇਸਤਰੀ ਦੇ ਅੰਦਰ ਸੰਕੋਚ ਪੈਦਾ ਹੋ ਸਕਦੀ, ਅਗਰ ਬਥੇਰੇ ਲੋਕ ਖੜ੍ਹੇ ਹੋਣ, ਕਿਸ ਤਰ੍ਹਾਂ ਜਨਮ ਦੇਣਾ, ਸੰਕੋਚ ਪੈਦਾ ਹੋਵੇਗਾ। ਇਹ ਉਦਾਹਰਣ ਮੈਂ ਦਿੰਦਾ ਨਹੀਂ ਹੁੰਦਾ, ਪਰ ਚੂੰਕਿ ਭਾਈ ਗੁਰਦਾਸ ਜੀ ਦਾ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ, ਕਿਤੇ ਐਸ਼ਲੀ ਨਾਲ ਸਮਝ ਲੈਣਾ। ਪੁੱਤ ਜਣੇ ਵਣ ਕੋਠੜੀ, ਇੱਕ ਗੁਪਤ ਕੋਠੜੀ ਦੇ ਜਨਮ ਦਿੰਦੀ ਹੈ ਬੱਚੇ ਨੂੰ, ਸੜਕ 'ਤੇ ਨਹੀਂ ਦਿੰਦੀ, ਬਾਜ਼ਾਰ ਵਿੱਚ ਨਹੀਂ ਦਿੰਦੀ। ਇੱਕ ਜੀਵਨ ਦੇ ਚੋਂ ਕਿਸੇ ਹੋਰ ਜੀਵਨ ਨੂੰ ਜਨਮ ਦੇਣਾ, ਇੱਕ ਤੰਗ ਤਾਰੀਕ ਕੋਠੜੀ ਦੇ ਵਿੱਚ, ਬਾਜ਼ਾਰ ਵਿੱਚ ਨਹੀਂ। ਇਸ ਸਰੀਰ ਦੇ ਚੋਂ ਜਦ ਪਰਮ ਚੇਤਨਾ ਦਾ ਜਨਮ ਆਉਂਦਾ, ਪਰਮਾਤਮਾ ਦਾ ਜਨਮ ਆਉਂਦਾ, ਇਹ ਮਨ ਜਦ ਜੋਤ ਸਰੂਪ ਬਣਦਾ, ਇਹਦੇ ਵਾਸਤੇ ਵੀ ਇਕਾਂਤ ਚਾਹੀਦੀ ਹੈ। ਦੂਜੇ ਦਾ ਹੋਣਾ ਵਿਘਨਕਾਰੀ ਹੈ, ਵਿਘਨਕਾਰੀ ਹੈ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਭਾਵੇਂ 30 ਸਾਲ ਪੁਰਾਣੀ ਗੱਲ ਹੈ, 10-11 ਸਾਲ ਰਿਹਾ ਹੈ, ਸੰਬਲਪੁਰ ਦੇ ਨੇੜੇ ਇੱਕ ਬੁਰਲਾ ਜਿੱਥੇ ਹੀਰਾਕੁਡ ਡੈਮ ਬਣਿਆ। ਦਿਨ ਦੇ ਸਮੇਂ ਮਹਾਨਦੀ ਉੱਥੇ ਵਗਦੀ ਹੈ, ਮੈਂ ਉੱਥੇ ਚਲਾ ਜਾਂਦਾ ਸੀ ਕਦੀ ਕਦਾਈ। ਨਾਲ ਇੱਕ ਪਹਾੜੀ ਸੀ, ਉੱਪਰ ਇੱਕ ਛੋਟਾ ਜਿਹਾ ਮੰਦਰ ਸੀ, ਗੁਮਟੀ ਜਿਹੀਆਂ ਜਿਵੇਂ ਬਣਾ ਦਿੰਦੇ ਨੇ ਭਾਰਤ, ਥਾਂ ਥਾਂ 'ਤੇ ਗੁਮਟੀਆਂ ਬਣੀਆਂ ਹੋਈਆਂ। ਇੱਕ ਦਿਨ ਜਦ ਮੈਂ ਉੱਥੇ ਗਿਆ, ਇੱਕ ਸਾਧੂ ਬੈਠਾ ਸੀ, ਮੈਨੂੰ ਦੇਖ ਕੇ ਚੀਖ ਨਿਕਲ ਗਈ ਉਹਦੀ।
ਔਰ ਆਪਣਾ ਸਿਰ ਪੱਥਰਾਂ 'ਤੇ ਮਾਰਨ ਲੱਗ ਪਿਆ। ਮੈਂ ਭੱਜ ਕੇ ਛੁਡਾਇਆ, ਖੂਨੋ ਖੂਨ ਹੋ ਗਿਆ ਸੀ। ਮੈਂ ਆਖਿਆ, ਮਿੱਤਰਾ ਮੇਰਾ ਆਉਣਾ ਕੋਈ ਅਪਸ਼ਗਨ ਹੋ ਗਿਆ? ਕਹਿਣ ਲੱਗਾ, ਹਾਂ ਮੇਰੀ ਖੇਡ ਬਣ ਰਹੀ ਸੀ, ਤੂੰ ਆ ਗਿਆ। ਮੇਰੀ ਤਾਂ ਕੁਝ ਖੇਡ ਬਣ ਰਹੀ ਸੀ, ਕਿਤਨੇ ਸਾਲ ਹੋ ਗਏ ਨੇ ਮੈਂ ਖਪਦਿਆਂ ਖਪਦਿਆਂ, ਅੱਜ ਖੇਡ ਬਣ ਰਹੀ ਸੀ, ਤੈਨੂੰ ਪਤਾ ਨਹੀਂ ਕਲਯੁੱਗ ਬਣਾ ਕੇ ਵੇਚ ਦਿੱਤਾ। ਕਹਿੰਦਾ, ਹੋਰ ਮੈਂ ਅਪਸ਼ਬਦ ਨਹੀਂ ਕਹਿੰਦਾ, ਵਿਧਾਤੇ ਨੂੰ ਇਹੀ ਮਨਜ਼ੂਰ ਸੀ, ਪਰ ਤੇਰੇ ਆਉਣ ਨਾਲ ਮੇਰੀ ਖੇਡ ਵਿਗੜ ਗਈ ਹੈ। ਅਜੇ ਤੱਕ ਮੈਨੂੰ ਬੋਲ ਯਾਦ ਨੇ ਉਸ 'ਤੇ। ਮੈਂ ਫਿਰ ਆਪਣਾ ਮੱਥਾ ਉਹਦੇ ਕਦਮਾਂ 'ਤੇ ਰੱਖਿਆ, ਬਈ ਮੇਰੇ ਕੋਲ ਗਲਤੀ ਹੋ ਗਈ, ਮਾਫ ਕਰੀ ਬਈ, ਹੋ ਗਈ ਹੈ ਗਲਤੀ, ਭੁੱਲ ਹੋ ਗਈ, ਮੈਨੂੰ ਵੀ ਨਹੀਂ ਪਤਾ ਸੀ ਤੇਰੀ ਇਸ ਤਰ੍ਹਾਂ ਦੀ ਕੋਈ ਖੇਡ ਬਣ ਰਹੀ ਸੀ ਅਤੇ ਮੈਂ ਆ ਗਿਆ। ਮੇਰੀ ਆਮਦ ਕਦਮਾਂ ਦੀ ਆਹਟ ਪੱਥਰਾਂ ਦੇ ਚੋਂ ਲੰਘ ਕੇ ਮੈਂ ਜਾ ਰਿਹਾ ਸੀ ਰਸਤਾ ਪੱਥਰੇ ਵਾਲਾ। ਕਹਿੰਦੀ, ਤੇਰੀ ਆਹਟ ਨੇ, ਤੇਰੇ ਦ੍ਰਿਸ਼ ਨੇ, ਤੇਰੇ ਸਰੀਰ ਦੇ ਆਉਣ ਨਾਲ ਜੋ ਇੱਥੇ ਵਾਈਬ੍ਰੇਸ਼ਨ ਤਰੰਗਾਂ ਬਣੀਆਂ, ਮੇਰੀ ਖੇਡ ਵਿਗੜ ਗਈ। ਕਿਤਨੇ ਸਾਲ ਹੋ ਗਏ ਮੈਨੂੰ ਉਡੀਕ ਕਰਦਿਆਂ, ਅੱਜ ਬਣਨ ਲੱਗੀ ਸੀ। ਫਿਰ ਮੈਂ ਹੁਣ ਅਰਜ਼ ਕਰਾਂ, ਗੁਰੂ ਅਰਜਨ ਦੇਵ ਜੀ ਦਾ ਇੱਕ ਬੋਲ ਸੁਣਾ ਕੇ ਮੈਂ ਸਮਾਪਤੀ ਵੀ ਕਰਾਂ, ਵਿਸ਼ਾ ਭਾਵੇਂ ਇਹਨੂੰ ਹੁਣ ਬੋਲਦੇ ਜਾਈਏ, ਗੱਲ ਮੁੱਕਦੀ ਤਾਂ ਹੈ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ, ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ। ਪਰਮਾਤਮਾ ਦੇ ਲਈ ਅੰਤਿਸ਼ ਕਰਨ ਦੀ ਸੇਜਾ ਵਿਛਾਈ ਸੀ, ਸ਼ਰਧਾ ਨਾਲ, ਪਿਆਰ ਨਾਲ, ਗੁਣਾ ਨਾਲ ਵਿਛਾਈ ਸੀ। ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ, ਇੱਤੀ ਮੰਜ ਨਾ ਸਮਾਵਨੀ ਜੇ ਗਲ ਪੈਰਾਂ ਹਾਰ। ਕੋਈ ਸ਼ਰਧਾਲੂ ਆਇਆ ਹੋਣਾ ਜ਼ਰੂਰ, ਆਪਦੀ ਗਿਆਤ ਲਈ ਅਰਜ਼ ਕਰਾਂ, ਟੈਗੋਰ ਇਹ ਦੋ ਪੰਕਤੀਆਂ ਪੜ੍ਹ ਕੇ ਰੋ ਉੱਠਦਾ ਸੀ। ਕਹਿੰਦਾ, ਇਸ਼ਕ ਦੀ ਦੁਨੀਆ 'ਚ, ਪਿਆਰ ਦੀ ਦੁਨੀਆ 'ਚ ਇਤਨੀ ਬਾਰੀਕ ਗੱਲ ਕਿਸੇ ਨੇ ਨਹੀਂ ਆਖੀ ਜਿਤਨੀ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤੀ ਹੈ। ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ, ਇਤੀ ਮੰਜ ਨਾ ਸਮਾਵਨੀ ਜੇ ਗਲ ਪੈਰਾਂ ਹਾਰ। ਬਈ ਸਾਡੀ ਖੇਡ ਬਣ ਰਹੀ ਸੀ, ਕੋਈ ਗੱਲ ਬਣ ਰਹੀ ਸੀ, ਤੂੰ ਗੱਲੇ 'ਚ ਹਾਰ ਪਾ ਦਿੱਤਾ, ਇਹ ਦੀਵਾਰ ਬਣ ਗਿਆ, ਹਾਰ ਦੀਵਾਰ ਬਣ ਗਿਆ, ਗਲਵਕੜੀ 'ਤੇ ਲੱਗੇ ਅਸੀਂ, ਗਲੇ ਨਾਲ ਗਲੇ 'ਤੇ ਮਿਲੇ, ਪਰ ਤੇਰਾ ਹਾਰ ਦੀਵਾਰ ਬਣ ਗਿਆ। ਟੈਗੋਰ ਕਹਿੰਦੇ ਨੇ ਸਨ, ਪਿਆਰ ਦੀ ਦੁਨੀਆ 'ਚ ਇਤਨੀ ਬਾਰੀਕ ਗੱਲ ਅੱਜ ਤੱਕ ਕਿਸੇ ਨੇ ਨਹੀਂ ਆਖੀ ਜੋ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ। ਬਾਅਦ 'ਚ ਕਿਧਰੇ ਪੰਕਤੀਆਂ ਮੇਰੇ ਸਾਹਮਣੇ ਆਈਆਂ ਸਨ, ਉਸ ਸਾਧੂ ਦੀ ਤਾੜਨਾ ਤੋਂ ਬਾਅਦ ਮੈਂ ਕਿ ਠੀਕ ਕਹਿੰਦਾ ਸੀ, ਮੇਰਾ ਜਾਣਾ ਦੀਵਾਰ ਬਣ ਗਿਆ। ਜਪ ਕਰਦਿਆਂ ਕੁਛ ਨਾ ਕੁਛ ਘਟਨਾਵਾਂ ਘਟ ਸਕਦੀਆਂ ਨੇ, ਦੂਜੇ ਦਾ ਹੋਣਾ ਵਿਘਨਕਾਰੀ ਹੁੰਦਾ। ਮੈਂ ਜਿਨ੍ਹਾਂ ਨਾਲ ਗੁਰਬਾਣੀ ਵਿਆਕਰਨ ਪੜ੍ਹਦਾ ਰਿਹਾ, ਗੁਰਬਾਣੀ ਗ੍ਰਹਿਮਣ ਬਾਬਾ ਬਲਵੰਤ ਸਿੰਘ ਬੜੇ ਮਸ਼ਹੂਰ ਸਨ, ਪੜ੍ਹਾਉਣ ਦੇ 'ਚ ਉਸਤਾਦ ਸਨ ਅਤੇ ਕਥਾ ਵੀ ਕਰਦੇ ਸਨ। ਮੈਨੂੰ ਕਹਿਣ ਲੱਗੇ, ਇਸ ਤਰ੍ਹਾਂ ਦੇ ਬੰਦੇ ਦੇ ਨੇੜੇ ਕਦੀ ਨਾ ਜਾਈਂ, ਕੋਈ ਖੇਡ ਬਣਦੀ ਦੇਖੀਂ, ਅਗਰ ਉਸਦੇ ਮੂੰਹ ਆਪ ਸ਼ਬਦ ਲੱਗ ਗਿਆ ਤਾਂ ਹੋ ਜਾਏਗਾ, ਉਹ ਸ਼ਰਾਬ ਸਮਝ ਲਈ, ਤੈਨੂੰ ਲੱਗ ਜਾਏਗਾ।
ਉਹਨੇ ਮੇਰਾ ਕਿਧਰੇ ਸ਼ੌਕ ਦੇਖ ਲਿਆ ਸੀ ਬਈ ਇਹੋ ਜਿਹੀਆਂ ਦੇ ਬੰਦਿਆਂ ਦੀ ਮੈਂ ਟੋਲ 'ਚ ਰਹਿੰਦਾ ਅਤੇ ਚਲਾ ਵੀ ਜਾਂਦਾ। ਕਹਿਣ ਲੱਗੇ ਨਾ ਜਾਇਆ ਕਰੇ, ਜਦ ਕੋਈ ਖੇਡ ਬਣ ਰਹੀ ਹੋਵੇ ਨਾ ਜਾਏ, ਅਗਰ ਉਹਦੇ ਮੂੰਹੋਂ ਕੋਈ ਅਪਸ਼ਬਦ ਨਿਕਲ ਗਿਆ ਤਾਂ ਲੱਗ ਜਾਏਗਾ, ਉਹ ਤਾਂ ਹੋ ਜਾਏਗਾ। ਉਸ ਦਿਨ ਤੋਂ ਬਾਅਦ ਫਿਰ ਮੈਂ ਥੋੜ੍ਹਾ ਜਿਹਾ ਭੈਭੀਤ ਵੀ ਹੋ ਗਿਆ, ਔਰ ਦੁਨੀਆਂ 'ਚ ਇਸ ਤਰ੍ਹਾਂ ਦੀ ਖੇਡ ਬਣਦੇ ਮੈਂ ਦੇਖਦਾ, ਬਣਦੀ ਹੈ ਕਈਆਂ ਦੀ, ਐਸੀ ਖੇਡ ਨਹੀਂ। ਇਹ ਗੱਲ ਵੱਖਰੀ ਹੈ ਕਿ ਹਰ ਮੁਲਕ ਦੇ 'ਚ ਇਸ ਤਰ੍ਹਾਂ ਦੇ ਬੰਦੇ ਨਹੀਂ ਆਉਂਦੇ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ ਫਿਰ ਵੀ ਹੁੰਦੇ ਨੇ, ਹਰ ਜੰਗਲ ਵਿੱਚ ਚੰਦਨ ਨਹੀਂ ਆਉਂਦਾ ਫਿਰ ਵੀ ਹੁੰਦਾ, ਕਿਧਰੇ ਹੁੰਦਾ, ਹਰ ਜਗ੍ਹਾ ਕੇਸਰ ਨਹੀਂ ਪੈਦਾ ਹੁੰਦਾ ਫਿਰ ਵੀ ਪੈਦਾ ਹੁੰਦਾ, ਕਿਧਰੇ ਹੁੰਦਾ, ਹਰ ਜਗ੍ਹਾ ਭਗਤ ਨਹੀਂ ਆਉਂਦੇ ਫਿਰ ਵੀ ਹੁੰਦੇ ਨੇ, ਕਿਧਰੇ ਹੁੰਦੇ ਨੇ। ਜੁਗੜੀਆਂ ਹੋਈਆਂ ਆਤਮਾਵਾਂ ਹੁੰਦੀਆਂ ਨੇ, ਰੱਬ ਨਾਲ ਭੇਜੀਆਂ ਹੋਈਆਂ ਆਤਮਾਵਾਂ ਹੁੰਦੀਆਂ ਨੇ। ਸਿੱਖਣ ਵਾਸਤੇ ਕੋਈ ਮਾੜੀ ਗੱਲ ਨਹੀਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪ ਲਈਏ, ਕਿਉਂਕਿ ਕਈ ਦਫ਼ਾ ਦਾਸ ਨੂੰ ਕਈ ਕਹਿ ਦਿੰਦੇ, ਮੈਂ ਵੀ ਸੰਗਤ 'ਚ ਕਹਿ ਦਿੰਦਾ ਇੰਝ ਕਰਿਆ ਕਰੋ, ਪਰ ਇਕੱਲਿਆਂ ਕਰਿਆ ਕਰੋ। ਪਰ ਇਤਨੀ ਗੱਲ ਕਹਿੰਦਾ ਤਾਂ ਮੈਂ ਸੰਗਤ 'ਚ ਹੀ ਆਉਂਦਾ ਨਾ, ਔਰ ਕੋਈ ਸੰਗਤ 'ਚ ਵੀ ਬੈਠ ਕੇ ਕਰੇ ਹੈ ਸਿਰ ਵਾਹਿਗੁਰੂ ਦਾ ਜਪ ਤਾਂ ਕੋਈ ਹਰਜ ਨਹੀਂ, ਕੋਈ ਹਰਜ ਨਹੀਂ। ਫਿਰ ਜੇ ਹੁਣ ਉਹਦੇ ਵਿੱਚ ਲੰਬੀਆਂ ਚੌੜੀਆਂ ਗੱਲਾਂ ਜੋੜ ਦਈਏ, ਇਹ ਅਵਸਥਾ ਬਣੇਗੀ, ਇਹ ਬਣੇਗੀ, ਇਹ ਬਣੇਗੀ, ਸਾਰਿਆਂ ਦੀ ਇੱਕ ਜੈਸੀ ਨਹੀਂ ਬਣਦੀ, ਨਹੀਂ ਬਣਦੀ। ਜਪ ਕੀਤਾ ਸੀ ਮਹਾਤਮਾ ਬੁੱਧ ਨੇ, ਕੋਈ ਹੋਰ ਖੇਡ ਬਣੇ। ਜਪ ਕੀਤਾ ਸੀ ਕ੍ਰਿਸ਼ਨ ਨੇ, ਕੁਝ ਖੇਡ ਹੋਰ ਬਣੇ। ਮਹਾਤਮਾ ਬੁੱਧ ਕੀੜੀ ਵੀ ਥੱਲੇ ਮਰ ਜਾਏ ਤਾਂ ਕਿਤੇ ਸਾਰਾ ਦਿਨ ਰੋਂਦੇ ਰਹਿੰਦੇ ਸਨ, ਇਹ ਕੀ ਹੋ ਗਿਆ, ਮੇਰੇ ਪੈਰਾਂ ਥੱਲੇ ਕੀੜੀ ਕਿਉਂ ਆ ਗਈ। ਪਰ ਕ੍ਰਿਸ਼ਨ ਅਤੇ ਅਰਜਨ ਨੂੰ ਕਹਿੰਦੇ ਨੇ ਸ਼ਸਤਰ ਚੁੱਕ, ਲੜਨਾ, ਖੂਨ ਖਰਾਬਾ ਕਰਨਾ, ਕੋਈ ਸੋਚ ਸਕਦਾ ਹੈ ਸਰ? ਮਹਾਂਵੀਰ ਇੱਕ ਕੀੜੀ ਵੀ ਮਰ ਜਾਏ ਸਾਰਾ ਦਿਨ ਰੋਂਦੇ ਰਹਿੰਦੇ ਸਨ, ਹੇ ਪ੍ਰਭੂ ਮੇਰੇ ਕੋਲ ਕੀ ਹੋ ਗਿਆ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਚੌਂਕਾਰ ਹਮਾ ਹੀਲ ਤੇ ਦਰਗੁਯਸਤ ਹਲਾਲ ਅਸਤ ਬੁਰਦਮ ਬਸ਼ਮ ਸ਼ੀਰ ਦਸਤ। ਪਿਆਰ ਨਾਲ, ਸ਼ਮਾ ਨਾਲ, ਦਇਆ ਨਾਲ ਅਗਰ ਜ਼ਾਲਮ ਆਪਣੇ ਕਦਮ ਨਹੀਂ ਰੋਕਦਾ, ਤਲਵਾਰ ਕੱਢ ਕੇ ਉਹਦੇ ਕਦਮਾਂ ਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ, ਫਿਰ ਮੇਲ ਵੀ ਨਹੀਂ ਖਾਂਦੀ ਗੱਲ। ਨਾਮ ਜਪ ਕੇ ਅਲੱਗ ਅਲੱਗ ਅਵਸਥਾ ਬਣਦੀ ਹੈ, ਅਵਤਾਰਾਂ ਦੀ ਇੱਕ ਅਵਸਥਾ ਨਹੀਂ ਬਣੀ ਅਤੇ ਬਾਕੀਆਂ ਦੀ ਕੀ ਅਵਸਥਾ ਇੱਕ ਬਣੇਗੀ, ਨਹੀਂ ਬਣਦੀ, ਅਲੱਗ ਅਲੱਗ ਬਣਦੀ ਹੈ। ਕਿਸੇ ਦੇ ਅੰਦਰ ਕੁਛ ਬਣ ਜਾਂਦਾ, ਕਿਸੇ ਦੇ ਅੰਦਰ ਕੁਛ ਬਣ ਜਾਂਦਾ, ਲੇਕਿਨ ਫਿਰ ਵੀ ਮੈਂ ਅਰਜ਼ ਕਰਾਂ, ਭਾਵੇਂ ਕੁਛ ਵੀ ਬਣਦਾ, ਰਸ ਇੱਕੋ ਹੁੰਦਾ, ਚਾਹੇ ਉਹ ਅੱਲਾ ਹੋ, ਅੱਲਾ ਹੋ ਕਰਦੇ ਹਾਂ ਬਾਬਾ ਫਰੀਦ ਪਹੁੰਚਣ, ਅਤੇ ਰਾਮ ਰਾਮ ਕਰਦੇ ਹਾਂ ਰਾਮਾਨੰਦ ਪਹੁੰਚਣ, ਅਤੇ ਗੋਬਿੰਦ ਗੋਬਿੰਦ ਕਰਦੇ ਹਾਂ ਜੈਦੇਵ ਪਹੁੰਚਣ, ਕਿਉਂਕਿ ਜੈਦੇਵ ਗੋਬਿੰਦ ਗੋਬਿੰਦ ਜਪਣ ਨੂੰ ਕਹਿੰਦਾ, ਗੋਬਿੰਦ ਗੋਬਿੰਦ ਦੇ ਚ ਜਪਨਰ ਸਕਲ ਸਿੱਧ ਪਦਨ, ਇਹ ਤਾਂ ਕਹਿੰਦਾ ਗੋਬਿੰਦ ਗੋਬਿੰਦ ਜਪੋ। ਫਰੀਦ ਕਹਿੰਦਾ ਅੱਲਾ ਹੋ, ਅੱਲਾ ਹੋ, ਅੱਲਾ ਹੋ। ਕਬੀਰ ਪੰਥੀਆਂ ਨੂੰ ਸਤਨਾਮ ਹੀ ਕਹਿੰਦੇ ਨੇ, ਸਤਨਾਮ ਦਾ ਜਪ ਕਰਦੇ ਨੇ, ਇਹਨਾਂ ਸਾਰਿਆਂ ਭਗਤਾਂ ਦਾ ਮੰਤਰ ਵੀ ਇੱਕ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ ਜਿਹੜੇ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹ ਤਾਂ ਅਲੱਗ ਅਲੱਗ ਜਪਦੇ ਨੇ। ਫਿਰ ਹੁਣ ਗੁਰੂ ਨਾਨਕ ਦਾ ਫੈਸਲਾ, ਬਲਹਾਰੀ ਜਾਓ ਜੇਤੇ ਤੇਰੇ ਨਾਮ, ਜਿਤਨੇ ਵੀ ਤੇਰੇ ਨਾਮ ਨੇ ਅਸੀਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਅਸੀਂ ਰਾਮ ਤੋਂ ਵੀ ਸਦਕੇ ਜਾਂਦੇ ਹਾਂ, ਅਸੀਂ ਅੱਲਾਹ ਤੋਂ ਵੀ ਸਦਕੇ ਜਾਂਦੇ, ਅਸੀਂ ਗੋਬਿੰਦ ਤੋਂ ਵੀ ਸਦਕੇ ਜਾਂਦੇ ਹਾਂ, ਨਾਰਾਇਣ ਤੋਂ ਵੀ ਸਦਕੇ ਜਾਂਦੇ ਹਾਂ,
ਲੇਕਿਨ ਫਿਰ ਵੀ ਕੋਈ ਗੁਰੂ ਨਾਨਕ ਨੂੰ ਪੁੱਛ ਲਵੇ ਅਤੇ ਗੁਰੂ ਨਾਨਕ ਨੂੰ ਦੇਖ ਲਏ ਕਿ ਉਹਨਾਂ ਦੀ ਰਸਨਾ ਤੋਂ ਵਾਹਿਗੁਰੂ ਨਿਕਲਦਾ ਸੀ। ਇਸ ਤਰੀਕੇ ਨਾਲ ਵਾਹਿਗੁਰੂ ਜਪਣ ਵਾਲੇ ਪੈਦਾ ਹੋਏ। ਦੀਕਸ਼ਤ ਕਰਾਉਣ ਦੀ ਪ੍ਰਥਾ ਚਲੀ, ਉਹ ਇਸ ਤਰ੍ਹਾਂ ਚਲੀ, ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ, ਚਰਨਾਮ੍ਰਿਤ ਦੇ ਕੇ ਸਿੱਖ ਬਣਾ ਲਿਆ ਅਤੇ ਆਖਿਆ ਹੁਣ ਵਾਹਿਗੁਰੂ ਜਪ। ਸਿੱਖੀ ਦਾ ਦਾਇਰਾ ਵੱਧ ਗਿਆ ਤਾਂ 22 ਮਸਨ ਅਸਥਾਪਨ ਕੀਤੇ ਗਏ, ਇਹ ਵੀ ਚਰਨਾਮ੍ਰਿਤ ਪਿਲਾ ਕੇ ਜੋ ਹੈ ਨਾਮ ਜਪਾਉਂਦੇ ਸਨ। ਲੇਕਿਨ ਇਹ ਮਸੰਦ ਭ੍ਰਸ਼ਟ ਹੋ ਗਏ ਤੇ ਇਸ ਪ੍ਰਥਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕਰਕੇ ਪੰਜ ਪਿਆਰੇ ਅੱਗੇ ਕੀਤੇ। ਔਰ ਜੋ ਵਾਕਈ ਗੁਰੂ ਨਾਨਕ ਦੀ ਮਰਿਆਦਾ ਦੇ ਮੁਤਾਬਕ ਜਪ ਕਰਦਾ ਜੋ ਗੁਰੂ ਨਾਨਕ ਨੇ ਕੀਤਾ ਸੀ, ਤਾਂ ਪੰਜ ਪਿਆਰੇ ਮੂਲ ਮੰਤਰ ਗੁਰਮੰਤਰ ਜਪਣ ਨੂੰ ਕਹਿੰਦੇ ਨੇ। ਵਾਹਿਗੁਰੂ ਮੰਤਰ ਦਾ ਜਪ ਵਿਅਕਤੀਗਤ ਬੰਦਗੀ ਹੈ, ਸਮੂਹਕ ਬੈਠ ਕੇ ਸਿੱਖੀ ਜਾ ਸਕਦੀ ਹੈ, ਕੋਈ ਹਰਜ ਨਹੀਂ। ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸਿੱਖੀ ਜਾ ਸਕਦੀ ਹੈ। ਅਵਸਥਾਵਾਂ ਕੀ ਬਣਦੀਆਂ ਨੇ ਇਹਦੇ ਨਾਲ ਮੇਰਾ ਮਨ ਰਾਜ਼ੀ ਨਹੀਂ ਹੈ, ਹਰ ਇੱਕ ਦੀ ਅਲੱਗ ਅਲੱਗ ਬਣਦੀ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਖੇਡ ਅਲੱਗ ਅਲੱਗ ਬਣਦੀ ਹੈ, ਨਹੀਂ ਤਾਂ ਸਾਰੀ ਦੁਨੀਆਂ ਦੇ ਅਵਤਾਰ ਇੱਕੋ ਜਿਹੇ ਆਉਂਦੇ, ਇੱਕੋ ਜਿਹਾ ਨਹੀਂ ਹੁੰਦੇ। ਈਸਾ ਕਹਿੰਦੇ ਨੇ ਕੋਈ ਤੇਰੇ ਇਸ ਮੂੰਹ 'ਤੇ ਥੱਪੜ ਮਾਰੇ ਤਾਂ ਦੂਜਾ ਵੀ ਅੱਗੇ ਕਰਦੇ, ਕੋਈ ਤੇਰਾ ਕੋਟ ਖੋਵੇ ਤਾਂ ਤੂੰ ਕਮੀਜ਼ ਵੀ ਲਾ ਕੇ ਦੇ ਦੇ। ਮੁਹੰਮਦ ਸਾਹਿਬ ਕਹਿੰਦੇ ਨਹੀਂ, ਮੈਂ ਦੰਦ ਤੋੜ ਦਿਆਂਗਾ, ਤਲਵਾਰ ਅੱਗੇ ਮੇਰੇ ਹੱਥ 'ਚ, ਮੈਂ ਨਹੀਂ ਹੋਣ ਦਿਆਂਗਾ, ਮੇਲ ਹੀ ਨਹੀਂ ਖਾਂਦੇ, ਭਾਵੇਂ ਇੱਕੋ ਹੀ ਧਰਤੀ 'ਚ ਪੈਦਾ ਹੋਏ ਨੇ, ਉਹਨਾਂ ਦੇ ਹੱਥ 'ਚ ਤਲਵਾਰ ਹੈ, ਮੈਂ ਕਿਸੇ ਦੀ ਪੱਗ ਨਹੀਂ ਲਾਉਣੀ, ਪਰ ਮੈਂ ਆਪਣੀ ਵੀ ਨਹੀਂ ਲਵਾਉਣੀ। ਸਿੱਧੀ ਗੱਲ, ਕਿਉਂ ਕੋਈ ਮੇਰਾ ਕੋਟ ਉਤਾਰੇ ਜ਼ਬਰਦਸਤੀ, ਕਿਉਂ ਕੋਈ ਮੇਰੀ ਕਮੀਜ਼ ਉਤਾਰੇ ਖੋਵੇ ਜ਼ਬਰਦਸਤੀ, ਉਹਨਾਂ ਦਾ ਢੰਗ ਹੋਰ ਹੈ। ਤਾਂ ਹੁਣ ਕਿਹਾ ਮੁਹੰਮਦ ਸਾਹਿਬ ਨੂੰ ਗਲਤ ਕਹਿ ਦੇਈਏ, ਕਤਾ ਹੀ ਗਲਤ ਨਹੀਂ, ਉਹ ਆਪਣੀ ਥਾਂ 'ਤੇ ਠੀਕ ਨੇ। ਉਹਨਾਂ ਦੇ ਅੰਦਰ ਜਪ ਕਰਦਿਆਂ ਕਰਦਿਆਂ ਇਹ ਅਵਸਥਾ ਬਣੀ ਹੈ, ਈਸਾ ਦੇ ਅੰਦਰ ਉਹ ਬਣੀ ਹੈ, ਮਹਾਤਮਾ ਬੁੱਧ ਦੇ ਅੰਦਰ ਆਪਣੀ ਅਵਸਥਾ ਬਣੀ ਹੈ, ਰਾਮ ਦੇ ਅੰਦਰ ਆਪਣੀ ਬਣੀ ਹੈ, ਕ੍ਰਿਸ਼ਨ ਦੇ ਅੰਦਰ ਆਪਣੀ ਬਣੀ ਹੈ। 24 ਅਵਤਾਰ ਹਿੰਦੂਆਂ ਦੇ ਹੋਏ ਨੇ, ਇੱਕ ਜੈਸੇ ਨਹੀਂ ਨੇ। ਇੰਨੇ ਭਗਤ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ 'ਚ, ਇੱਕ ਜੈਸੇ ਨਹੀਂ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਵੱਖ ਵੱਖ ਪ੍ਰਕਿਰਿਆ ਇਹਨਾਂ ਦੀ, ਇਸ ਵਾਸਤੇ ਮਤਭੇਦ ਕਰਨ ਦੀ ਲੋੜ ਨਹੀਂ, ਬਸ ਇਤਨਾ ਹੈ, ਜਪੋ ਤਾਂ ਏਖੋ ਨਾਮਾ ਅਵਰ ਨਿਰਾਫਲ ਕਾ, ਜਪਣਾ ਜੋ ਅਵਸਥਾ ਬਣੇਗੀ ਪਰਮਾਤਮਾ ਦੀ ਤਰਫੋਂ, ਪਰਮਾਤਮਾ ਦੀ ਤਰਫੋਂ ਕੀ ਆਉਂਦਾ ਝੋਲੀ 'ਚ, ਫਿਰ ਉਹ ਕਬੂਲ ਕਰਨਾ ਹੋਵੇਗਾ। ਅਵਸਥਾ ਵੱਖ ਵੱਖ ਬਣਦੀ ਹੈ, ਰਸ ਇੱਕੋ ਬਣਦਾ ਹੈ, ਅਵਸਥਾ ਵੱਖ ਵੱਖ ਬਣਦੀ ਹੈ, ਅਵਸਥਾ ਇੱਕ ਨਹੀਂ ਬਣਦੀ, ਅਲੱਗ ਅਲੱਗ ਬਣਦੀ ਹੈ। ਔਰ ਐਸਾ ਸੰਸਾਰ ਦਾ ਇਤਿਹਾਸ ਪੜ੍ਹ ਕੇ ਅਸੀਂ ਜੋ ਹੈ ਦੇਖ ਸਕਦੇ ਹਾਂ, ਬਿਲਕੁਲ ਅਲੱਗ ਅਲੱਗ ਬਣਦੀ। ਕੋਈ ਐਸਾ ਸੋਚਦਾ ਹੈ ਕਿ ਮੈਂ ਹਰ ਇੱਕ ਦੇ ਚਰਨਾਂ ਦੀ ਖਾਕ ਬਣਨਾ, ਕੁਝ ਐਸਾ ਵੀ ਸੋਚਦਾ ਹੇ ਪ੍ਰਭੂ ਮੈਂ ਤੇ ਤੇਰੇ ਸਿਰ ਦਾ ਵੀ ਤਾਜ ਬਣਨਾ। ਆਪਣਾ ਆਪਣਾ ਢੰਗ, ਆਪਣਾ ਆਪਣਾ ਤੌਰ ਤਰੀਕਾ ਹੈ। ਮੈਂ ਪੜ੍ਹ ਰਿਹਾ ਸੀ ਮੌਲਾਨਾ ਰੋਮ ਨੂੰ, ਮੈਂ ਹੈਰਾਨ ਹੋਇਆ ਉਹਦੀ ਲੰਬੀ ਚੌੜੀ ਹਕਾਇਤ ਬਣ ਕੇ, ਕਹਿੰਦਾ ਖੁਦਾ ਮੈਂ ਉਹਨਾਂ ਫਕੀਰਾਂ 'ਚ ਨਹੀਂ ਹਾਂ, ਤੇਰੇ ਕਦਮਾਂ ਦੀ ਖਾਕ ਬਣਾ ਅਤੇ ਤੂੰ ਦੇਖ ਵੀ ਨਾ ਸਕੇ, ਕਿਉਂਕਿ ਤੇਰੇ ਕਦਮਾਂ ਦੇ ਥੱਲੇ ਹੋਵਾਂਗਾ ਮੈਂ, ਤੇਰੇ ਸਿਰ ਦਾ ਤਾਜ ਬਣਨਾ।
ਸਾਰੀ ਦੁਨੀਆ ਵੀ ਦੇਖੇ ਤੂੰ ਵੀ ਦੇਖੇ, ਇੰਜ ਕਹਿੰਦਾ। ਦੇਖਣ ਨੂੰ ਤਾਂ ਇੰਜ ਲੱਗੇਗਾ ਤੇ ਹੰਕਾਰ ਦੀ ਬੂਰ ਹੈ, ਬੜੀ ਹੰਕਾਰ ਦੀ ਬੂਰ। ਔਰ ਉਸੇ ਸਮੇਂ ਉਸੇ ਸ਼ਹਿਰ ਵਿੱਚ ਦੂਸਰਾ ਫਕੀਰ ਹੋਇਆ ਹਾਫਿਜ਼, ਉਹ ਕਹਿੰਦਾ ਅਜ ਰਾਹ ਚੁਨਾਰ ਕਿ ਸਲਾਮਤ ਨਾ ਕੁਨਤ, ਰਸਤੇ ਵਿੱਚ ਇਸ ਢੰਗ ਨਾਲ ਚੱਲ ਕਿ ਤੇਰੇ ਚੱਲਣ ਦੀ ਹੋਂਦ ਦਾ ਕਿਸੇ ਨੂੰ ਪਤਾ ਵੀ ਨਾ ਚੱਲੇ, ਗੁੰਮਨਾਮ ਹੋ ਕੇ ਚੱਲ, ਤੇਰਾ ਚੱਲਣਾ ਕਿਸੇ ਦਾ ਰਸਤਾ ਨਾ ਰੋਕੇ। ਅਜ ਰਾਹ ਚੁਨਾਰ ਕਿ ਸਲਾਮਤ ਨਾ ਕੁਨਦ, ਬਾ ਖਲਕ ਚੁਣਾ ਜੀ ਕਿ ਕਿਆਮਤ ਨਾ ਕੁਨਦ, ਖਲਕਤ ਵਿੱਚ ਇਸ ਢੰਗ ਨਾਲ ਰਹਿ ਕਿ ਤੇਰੇ ਰਹਿਣ ਨਾਲ ਚਿੰਗਾਰੀਆਂ ਨਾ ਪੈਦਾ ਹੋਣ, ਅੱਗ ਨਾ ਲੱਗੇ, ਖੁਸ਼ਬੂ ਫੈਲੇ, ਸੁਗੰਧੀ ਫੈਲੇ। ਬਾ ਖਲਕ ਚੁਣਾ ਜੀ ਕਿ ਕਿਆਮਤ ਨਾ ਕੁਨਦ, ਕਈ ਬੰਦੇ ਨਹੀਂ ਆਉਂਦੇ, ਬਸ ਚਿੰਗਾਰੀਆਂ ਨੇ ਜਿੱਥੇ ਬੈਠਣਗੇ ਅੱਗ ਲਾਉਣਗੇ, ਕੁਛ ਨਾ ਕੁਛ ਤਾਂ ਹੋਵੇਗਾ ਉਹਨਾਂ ਨਾਲ, ਕੁਝ ਨਾ ਕੁਝ ਤਾਂ ਬਾਂਬੜ ਜੋ ਹੈ ਬਲਣਗੇ। ਅਜ ਰਾਹ ਚੁਣਾਰ ਕੇ ਸਲਾਮਤ ਨ ਕੁਨਦ, ਬਾ ਖਲਕ ਚੁਣਾ ਜੀ ਕੇ ਕਿਆਮਤ ਨ ਕੁਨਦ, ਦਰ ਮਸਜਿਦ ਗਰ ਰਵੀ ਕੇ ਚੁਣਾ ਜੋ ਕੇ ਤੁਰਾ, ਦਰ ਪੇਸ਼ ਨਾ ਖੁਆਨਦ ਇਮਾਮਦ ਨ ਕੁਨਦ। ਕਹਿੰਦੇ ਕਦੀ ਜੇ ਮਸਜਿਦ ਵਿੱਚ ਜਾ ਕੇ ਨਮਾਜ਼ ਪੜ੍ਹਨ ਦਾ ਖਿਆਲ ਆਵੇ ਨਾ, ਅੱਗੇ ਅੱਗੇ ਹੋ ਕੇ ਨਮਾਜ਼ ਨਾ ਪੜ੍ਹੀ, ਮਤਾਂ ਤੈਨੂੰ ਕੋਈ ਇਮਾਮ ਬਣਾ ਦੇਵੇ। ਇਮਾਮ ਉਹਨੂੰ ਕਹਿੰਦੇ ਨੇ ਜੋ ਸਭ ਦਾ ਮੁਖੀ, ਆਗੂ। ਤੂੰ ਖੁਦਾ ਦੇ ਘਰ ਵੀ ਨੰਬਰ 1 ਬਣਨ ਦੀ ਕੋਸ਼ਿਸ਼ ਕਰੇਗਾ ਤਾਂ ਖੁਦਾ ਦਾ ਨੰਬਰ 2 ਹੋ ਜਾਏਗਾ। ਫਿਰ ਸਭ ਤੋਂ ਅਖੀਰ ਦੇ 'ਚ ਨਮਾਜ਼ ਪੜ੍ਹੀ ਤਾਂ ਕਿ ਤੇਰੇ ਨਾਮ ਨੂੰ ਵੀ ਕੋਈ ਨਾ ਜਾਣੇ, ਕਿਸੇ ਨੂੰ ਪਤਾ ਹੀ ਨਾ ਹੋਵੇ। ਇਹ ਹਾਫਿਜ਼ ਕਹਿੰਦਾ ਜਦ ਕੋਈ ਇਸ ਤਰ੍ਹਾਂ ਕਰਦਾ ਕਿਸੇ ਨੂੰ ਕੁਛ ਨਾ ਪਤਾ ਹੋਵੇ, ਉਸੇ ਦਿਨ ਖੁਦਾ ਦੀ ਹੋਂਦ ਦੇ ਸਾਹਮਣੇ ਆਉਂਦਾ, ਉਸੇ ਦਿਨ ਖੁਦਾ ਦੀ ਅੱਖਾਂ ਦੇ ਸਾਹਮਣੇ ਆਉਂਦਾ, ਉਸ ਤੋਂ ਪਹਿਲੇ ਨਹੀਂ। ਜੋ ਸਾਰਿਆਂ ਦੀ ਅੱਖਾਂ ਦੇ ਸਾਹਮਣੇ ਹੋਣ ਦੀ ਕੋਸ਼ਿਸ਼ ਕਰਦਾ ਖੁਦਾ ਦੀ ਅੱਖਾਂ ਤੋਂ ਓਝਲ ਹੋ ਜਾਂਦਾ। ਗੁਰੂ ਨਾਨਕ ਨੇ ਤਾਂ ਬੜਾ ਨਿਰਮਾਣ ਸ਼ਬਦ ਸਾਨੂੰ ਦੇ ਦਿੱਤਾ, ਕੌਮੀ ਸਿੱਖ ਤੋਂ ਸਿੱਖਣਾ, ਮਰਦੇ ਦਮ ਤੱਕ ਸਿੱਖਣਾ, ਸਿੱਖ ਹੀ ਹੈ। ਸਿੱਖ ਦਾ ਮਤਲਬ ਹੈ ਮੈਂ ਸਿੱਖਣਾ ਚਾਹੁੰਦਾ, ਅਜੇ ਵੀ ਸਿੱਖਣਾ ਚਾਹੁੰਦਾ, ਮੈਂ ਪੂਰਾ ਨਹੀਂ ਜਾਣਦਾ, ਇੰਨੀ ਤਾਂ ਗੱਲ ਹੈ। ਇਸ ਤੋਂ ਨਿਰਮਾਣ ਸ਼ਬਦ ਹੋਰ ਕਿਹੜਾ ਲੱਭੋਗੇ? ਮਨੁੱਖੀ ਦੁਨੀਆ ਵਿੱਚ, ਮਨੁੱਖੀ ਲੁਗਾਤ ਵਿੱਚ ਇਸ ਤੋਂ ਨਿਰਮਾਣ ਸ਼ਬਦ ਹੋਰ ਕਿਹੜਾ ਲੱਭੋਗੇ? ਬੁੱਢਾ ਵੀ ਹੋ ਗਿਆ ਸਿੱਖ ਹਾਂ ਮੈਂ, ਅਜੇ ਵੀ ਸਿੱਖਣਾ ਚਾਹੁੰਦਾ, ਸਿੱਖਣ ਨੂੰ ਬਹੁਤ ਕੁਛ ਹੈ, ਮੈਂ ਕਿੱਥੇ ਪੂਰਾ ਸਿੱਖ ਸਕਦਾ। ਇਸ ਵਾਸਤੇ ਹੰਕਾਰ ਤੇ ਸਿੱਖ ਨੂੰ ਫਬਦਾ ਹੀ ਨੇ। ਪਰ ਮੈਂ ਅਰਜ਼ ਕਰਾਂ, ਬੜਾ ਪ੍ਰਬਲ ਹੰਕਾਰ ਦੇਖਣ ਨੂੰ ਮਿਲਦਾ, ਬਹੁਤ ਪ੍ਰਬਲ। ਇਸੇ ਵਾਸਤੇ ਜਿਤਨਾ ਟਕਰਾਓ, ਜਿਤਨੀ ਤਕਰਾਰ, ਜਿਤਨੇ ਝਗੜੇ ਇਸ ਛੋਟੀ ਜਿਹੀ ਕੌਮ ਦੇ 'ਚ ਨੇ, ਬਾਕੀ ਕੌਮਾਂ 'ਚ ਨਹੀਂ ਨੇ, ਇਤਨੇ ਹੰਕਾਰ। ਨਾਮ ਸਤਿਗੁਰ ਨੇ ਦਿੱਤਾ ਸਿੱਖ, ਤੂੰ ਤਾਂ ਸਿੱਖ ਹੈ, ਮਰਦੇ ਦਮ ਤੱਕ ਸਿੱਖ ਹੈ, ਔਰ ਅੰਦਰ ਭਾਵਨਾ ਪੈਦਾ ਕਰ, ਸਿੱਖਣਾ ਚਾਹੁੰਦਾ। ਮੈਂ ਫਿਰ ਅਰਜ਼ ਕਰਾਂ, ਇੱਕ ਦਮ ਦੇ 'ਚ ਵਾਹਿਗੁਰੂ ਸ਼ਬਦ ਪੂਰਾ ਹੋ ਜਾਏ, ਦਮ ਦਮ ਸਦਾ ਸੰਭਾਲਦਾ, ਲੇਕਿਨ ਜ਼ਬਾਨ ਉਚਾਰਨ ਕਰੇ ਅਤੇ ਮਨ ਵੀ ਉਸ ਦਮ ਦੇ 'ਚ ਆ ਜਾਏ। ਮਨ ਨਹੀਂ ਆਉਂਦਾ, ਕਿਉਂ ਨਹੀਂ ਆਉਂਦਾ? ਇਹ ਸਾਰੀਆਂ ਗੱਲਾਂ 'ਤੇ ਫਿਰ ਮੈਂ ਕਿਸੇ ਵਕਤ ਕਰਾਂਗਾ, ਕਿਉਂਕਿ ਇਸ ਵਕਤ ਖੋਲ੍ਹ ਕੇ ਨਹੀਂ ਬਿਆਨ ਕਰ ਸਕਦਾ, ਸਮਾਂ ਵੀ ਕਾਫੀ ਹੋ ਗਿਆ, ਤੁਹਾਨੂੰ ਲੇਟ ਨਾ ਕਰੀਏ। ਜੋ ਕੁਛ ਸਤਿਗੁਰ ਨੇ ਸੂਝ ਬੂਝ ਦਿੱਤੀ ਸੀ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖ ਦਿੱਤੀ ਹੈ, ਬਹਾਨੇ ਸਾਰੇ ਨੇ ਉਹਨੂੰ ਯਾਦ ਕਰਨ ਦੇ। ਸੇਵਾ ਕਰਦਿਆਂ ਵੀ ਉਸਦੀ ਯਾਦ ਆ ਸਕਦੀ ਹੈ, ਬਾਣੀ ਪੜ੍ਹਦਿਆਂ ਵੀ ਉਸਦੀ ਯਾਦ ਆ ਸਕਦੀ ਹੈ, 100 ਬਹਾਨੇ ਨੇ ਉਹਨੂੰ ਯਾਦ ਕਰਨ ਦੇ। ਮੈਂ
ਸੁਥੇ ਸਿੱਧੀ ਅਰਜ਼ ਕਰਦੇ ਹਾਂ। ਮੈਂ ਜਿਹਨਾਂ ਕੋਲ ਪੜ੍ਹਦਾ ਰਿਹਾ, ਰਸਤੇ 'ਚ ਇੱਕ ਦਿਨ ਬੈਂਗਣਾਂ ਦਾ ਖੇਤ ਸੀ, ਇਹ ਬਤਾਉਂ, ਅਤੇ ਕੋਲ ਬੈਠ ਗਏ। ਬਲ ਬਲ ਜਾਓ ਸ਼ਿਆਮ ਸੁੰਦਰ ਕੇ ਅਕਥ ਕਥਾ ਜਾਂ ਕੀ ਬਾਤ ਸੁਣੇ। ਸ਼ਿਆਮ ਰੰਗ ਉਸਨੂੰ ਕਹਿੰਦੇ, ਬਹੁਤ ਕਾਲਾ ਵੀ ਨਾ ਹੋਵੇ, ਸਾਂਵਰਾ, ਉਹਨੂੰ ਸ਼ਿਆਮ ਰੰਗ ਕਹਿੰਦੇ। ਇਸ ਰੰਗ ਦਾ ਭਰਿਆ ਹੋਇਆ ਖੇਤ, ਮੈਂ ਇੱਕ ਘੰਟੇ ਰਹਿੰਦਾ ਹੋਇਆ ਬਾਬਾ ਬਲਵੰਤ ਸਿੰਘ ਨੂੰ ਦੇਖਿਆ, ਹੇ ਪ੍ਰਭੂ ਬੜਾ ਤੂੰ ਸ਼ਿਆਮ ਸੁੰਦਰ, ਹੁਣ ਬੈਂਗਣ ਸ਼ਿਆਮ ਸੁੰਦਰ। ਉਦੋਂ ਮੈਨੂੰ ਇੰਝ ਲੱਗਿਆ ਸੀ ਅੱਧੇ ਪਾਗਲ ਨੇ, ਯਕੀਨ ਜਾਣਾ ਮੈਂ ਪਾਗਲ ਦੇ ਨਾਲ ਰਹਿੰਦਾ ਪਿਆ, ਮੈਨੂੰ ਇੰਝ ਖਿਆਲ ਆਇਆ ਸੀ। ਬਲ ਬਲ ਜਾਊਂ ਸ਼ਾਮ ਸੁੰਦਰ ਕੋ ਬੈਂਗਣਾਂ ਨੂੰ ਗਾਈ ਜਾਂਦੇ ਨੇ, ਮੈਨੂੰ ਅਜੇ ਤੱਕ ਯਾਦ ਹੈ। ਹਰਿਦੁਆਰ ਤੋਂ ਰਿਸ਼ੀਕੇਸ਼ ਪੈਦਲ ਜਾ ਰਹੇ ਸੀ, ਰਸਤੇ 'ਚ ਖੇਤ ਸੀ, ਉੱਥੇ ਹੀ ਬੈਠ ਗਏ। ਜਦ ਘੰਟਾ ਬੈਠੇ ਰਹੇ, ਉਦੋਂ ਮੇਰੇ ਮਨ 'ਚ ਖਿਆਲ ਆਇਆ ਮੈਂ ਇੱਕ ਪਾਗਲ ਦੀ ਸੰਗਤ ਪਿਆ ਕਰਦਾ, ਯਕੀਨ ਜਾਣਾ ਉਦੋਂ ਇਹ ਖਿਆਲ ਆਇਆ, ਛੋਟੀ ਮੇਰੀ ਉਮਰ ਸੀ। ਅੱਜ ਮੈਨੂੰ ਖਿਆਲ ਆਇਆ ਕਿ ਇੱਕ ਮਹਾਂਪੁਰਖ ਤੋਂ ਮੈਂ ਪੂਰਨ ਲਾਭ ਨਹੀਂ ਲੈ ਸਕਿਆ, ਨਾ ਸਮਝੀ, ਪਤਾ ਨਹੀਂ ਸੀ, ਬੋਧ ਨਹੀਂ ਸੀ। ਹੁਣ ਬੈਂਗਣਾਂ ਦੇ 'ਚ ਵੀ ਰੱਬ ਪਿਆ ਦਿਖਾਈ ਦਿੰਦਾ। ਬਲ ਬਲ ਜਾਓ ਸ਼ਿਆਮ ਸੁੰਦਰ ਕੋ ਅਕਥ ਕਥਾ ਜਾਂ ਕੀ ਬਾਤ ਸੁਣੀ। ਮੈਂ ਇੱਕ ਦੋ ਜਗ੍ਹਾ ਹੋਰ ਇਹ ਗੱਲ ਸੁਣਾਈ ਹੋਈ ਕਿ ਨਿਰਮਲਿਆਂ ਨੂੰ ਤਾਂ ਪਤਾ ਸੀ, ਅੱਜ ਤੁਹਾਨੂੰ ਪਿਆ ਕਹਿੰਦਾ। ਬੈਂਗਣਾਂ ਦੇ ਖੇਡ ਦੇ 'ਚ ਘੰਟਾ ਬੈਠੇ ਰਹੇ ਸਮਾਧੀ ਲੈਣ। ਬਲ ਬਲ ਜਾਓ ਸ਼ਿਆਮ ਸੁੰਦਰ ਕੋ, ਇਹ ਪ੍ਰਭੂ ਇਤਨਾ ਸੁੰਦਰ ਤੇਰਾ ਰੂਪ, ਅਤੇ ਕਿਹੜਾ ਸੁੰਦਰ ਰੂਪ ਵੇਖਿਆ ਬੈਂਗਣ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਕਹੂੰ ਫੂਲ ਹੋਏ ਕੇ ਭਲੇ ਰਾਗ ਫੂਲੇ, ਕਹੂੰ ਭੰਵਰ ਹੋਏ ਕੇ ਭਲੀ ਭਾਂਤ ਬੂਲੇ ਅਕਾਲ ਉਸਤਕ। ਹੇ ਪ੍ਰਭੂ ਕਮਾਲ ਹੈ, ਤੂੰ ਅੱਜ ਫੁੱਲ ਬਣ ਕੇ ਮੇਰੇ ਸਾਹਮਣੇ ਖਿੜਿਆ, ਇੰਨਾ ਸੁੰਦਰ, ਇਤਨਾ ਸੁੰਦਰ, ਕੀ ਅਵਸਥਾ ਬਣਦੀ ਹੈ ਦੇਖ ਕੇ, ਕੀ ਹਾਲਤ ਬਣਦੀ ਹੈ। ਇਹ ਕਦੀ ਇੱਕ ਨਹੀਂ ਬਣਦੀ, ਕਿਸੇ ਦੀ ਵੀ ਨਹੀਂ ਬਣਦੀ। ਇਸ ਦੇ ਵਿੱਚ ਬਹਿਸ ਮੁਬਾਸੇ ਕੀ ਕਰਨੇ, ਇਹਦੇ 'ਚ ਤਰਕ ਉਤਰਕ ਕੀ ਕਰਨੇ। ਆਪ ਆਪਣੇ ਬੁੱਧ ਹੈ ਜੇ ਤੀ, ਵਰਣਤ ਭਿੰਨ ਭਿੰਨ ਤੋਂ ਤੇ ਤੀ। ਮੈਂ ਇੰਨਾ ਹੀ ਵਰਣਨ ਕਰ ਸਕਦਾ, ਸਾਰਿਆਂ ਤੋਂ ਜੋ ਹੈ ਸ਼ਮਾਂ ਦੀ ਯਾਚਨਾ, ਸਮਾਂ ਜੋ ਹੈ ਜ਼ਿਆਦਾ ਹੋ ਗਿਆ। ਸ਼ਾਮ ਦੇ ਸਮੇਂ 'ਚੋਂ ਕਿ ਜਪਜੀਤ ਸਾਹਿਬ ਦੀ ਵਿਚਾਰ ਚੱਲਦੀ ਕੱਲ੍ਹ ਤੋਂ, ਤੁਹਾਡੇ ਹੁਕਮ ਅਨੁਸਾਰ ਸ਼ੁਰੂ ਕੀਤੀ ਸੀ, ਨਹੀਂ ਤਾਂ ਮੈਂ ਅਕਸਰ ਖੁੱਲ੍ਹੀਆਂ ਵਿਚਾਰਾਂ ਥੋੜ੍ਹੇ ਸਮੇਂ 'ਚ ਕਰਨਾ। ਜਿੱਥੇ ਲੰਬੀ ਕਥਾ ਹੋਵੇ ਉੱਥੇ ਕੋਈ ਮੈਂ ਬਾਣੀ ਲੈ ਬੈਠਦਾ, ਕਿਧਰੇ ਮਹੀਨਾ 15 ਦਿਨ ਰੁਕਣਾ ਹੁੰਦਾ, 20 ਦਿਨ ਦਰਬਾਰ ਸਾਹਿਬ ਦੇ ਜਿਵੇਂ ਲੰਬੀ ਕਥਾ ਚੱਲਦੀ ਹੈ, ਜਾਂ ਗੁਰਦੁਆਰਾ ਸਹਿਜਗੰਜ ਸਾਹਿਬ ਦੇ 'ਚ ਲੰਬੀ ਕਥਾ ਚੱਲਦੀ ਹੈ ਬੰਗਲਾ ਸਾਹਿਬ। ਗਿਆਨ